ਵਾਹਿਗੁਰੂ ਸਾਹਿਬ ਜੀਓ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲਦੇ ਪਾਪੇ ਪਾਸਾਰਾ, ਪਰ ਹਰ ਪਾਪ ਪਛਾਣੇ ਆਪ, ਨਾ ਤੇ ਸੋਗ ਵਿਯੋਗ ਸੰਤਾਪ, ਨਰਕ ਪੜਨ ਤੋਂ ਕਿਉਂ ਰਹੈ ਕਿਉਂ ਬੰਚੈ ਜਮ ਕਾਲ, ਕਿਉਂ ਆਵਣ ਜਾਣਾ ਵਿਸਰੈ ਝੂਠ ਬੁਰਾ ਖੈ ਕਾਲ, ਮਨ ਜੰਜਾਲੀ ਵੇੜਿਆ ਵੀ ਜੰਜਾਲਾ ਮਾਹੇ, ਬਿਣ ਨਾਵੈ ਕਿਉਂ ਛੁੱਟੀਐ ਪਾਪੇ ਪਚੈ ਪਚਾਹੇ, ਫਿਰ ਫਿਰ ਫਾਹੀ ਫਾਸੈ ਕਉਆ, ਫਿਰ ਪਛਤਾਨਾ ਅਬ ਕਿਆ ਹੁਆ, ਹਾਥਾ ਚੋਗ ਚੁਗੈ ਨਹੀਂ ਬੁੱਝੈ, ਸਤਿਗੁਰ ਮਿਲੈ ਤਾਂ ਆਖੀ ਸੂਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਪ੍ਰਗਟ ਸਵਰੂਪ, ਛਤਰ ਚਵਰ ਤਖਤ ਦੇ ਮਾਲਕ, ਖੰਡਾਂ ਬ੍ਰਹਿਮੰਡਾਂ ਦੇ ਸਵਾਮੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਸਭਾਇਮਾਨ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਹਾਜ਼ਰੀ ਭਰ ਕੇ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਇਸ ਜੀਵਨ ਨੂੰ ਸਫਲ ਕਰ ਰਹੇ ਹੋ। ਦੱਖਣੀ ਓਅੰਕਾਰ ਦੇ ਇਸ ਸ਼ਬਦ ਵਿੱਚ, ਜੋ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਓਅੰਕਾਰ ਦੇ ਮੰਦਰ ਦੇ ਪੁਜਾਰੀ ਦੇ ਕੁਝ ਸਵਾਲਾਂ ਦੇ ਜਵਾਬ ਦਿੱਤੇ ਹਨ, ਔਰ ਇਹ ਜਵਾਬ ਸਾਰੀ ਹੀ ਮਨੁੱਖਤਾ ਦੇ ਕੰਮ ਆਉਣ ਵਾਲੇ ਹਨ। ਉਸ ਦਾ ਸਵਾਲ ਹੈ ਕਿ ਇਹ ਮਨੁੱਖ ਗਮ ਤੋਂ, ਵਿਛੋੜੇ ਤੋਂ ਅਤੇ ਦੁੱਖ ਤੋਂ ਕਿਵੇਂ ਛੁੱਟ ਸਕਦਾ ਹੈ? ਇਹ ਮਨੁੱਖ ਸੋਗ ਤੋਂ, ਵਿਯੋਗ ਤੋਂ ਅਤੇ ਸੰਤਾਪ ਤੋਂ, ਪੀੜਾ ਤੋਂ ਕਿਵੇਂ ਬਚ ਸਕਦਾ ਹੈ? ਨਰਕ ਵਿੱਚ ਪੈਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਔਰ ਮੌਤ ਦੀ ਫਾਹੀ ਤੋਂ ਛੁਟਕਾਰਾ ਕਿਵੇਂ ਹੋਏ? ਵਾਰ ਵਾਰ ਮਰਨਾ ਕਿਉਂ ਪੈਂਦਾ ਹੈ? ਔਰ ਜੰਜਾਲਾਂ ਵਿੱਚ ਜੀਵਨ ਕਿਉਂ ਵਿਹੜਿਆ ਜਾਂਦਾ ਹੈ? ਇਹ ਸਾਰੇ ਹੀ ਸਵਾਲ ਤਕਰੀਬਨ ਇਸ ਧਰਤੀ ਦੇ ਹਰ ਇੱਕ ਮਨੁੱਖ ਦੇ ਹਨ, ਪਰ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਦੁੱਖਾਂ ਦਾ ਪਤਾ ਲੱਗਦਾ ਹੈ। ਨਹੀਂ ਤਾਂ ਆਮ ਮਨੁੱਖ ਤਾਂ ਇਹਨਾਂ ਦੁੱਖਾਂ ਤੋਂ ਇੰਨਾ ਪੀੜਿਤ ਹੈ ਕਿ ਉਹਨਾਂ ਦਾ ਮਨ, ਉਹਨਾਂ ਦੀ ਸੁਰਤ ਇਹਨਾਂ ਨਾਲ ਬੇਹੋਸ਼ ਹੋ ਚੁੱਕੀ ਹੈ, ਅਤੇ ਬੇਹੋਸ਼ੀ ਵਿੱਚ ਉਹ ਇਹ ਮੰਨਦੇ ਹੀ ਨਹੀਂ ਕਿ ਦੁੱਖ ਸਾਨੂੰ ਹੈ। ਥੋੜ੍ਹੇ ਜਿਹੇ ਹੋਸ਼ ਵਿੱਚ ਆਉਂਦੇ ਨੇ, ਉਹਨਾਂ ਦੀ ਅੱਖ ਖੁੱਲ੍ਹਦੀ ਹੈ ਅਤੇ ਦੁੱਖ ਪ੍ਰਤੀਤ ਹੁੰਦਾ ਹੈ। ਸੱਚਾਈ ਤਾਂ ਇਹ ਹੈ, ਜੀਵਨ ਵਿੱਚ ਦੁੱਖ ਦਾ ਪ੍ਰਤੀਤ ਹੋਣਾ ਵੀ ਇੱਕ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਕਿਉਂਕਿ ਜੇ ਦੁੱਖ ਹੈ ਤਾਂ ਮਨੁੱਖ ਉਹਦੀ ਦਵਾਈ ਲੱਭੇਗਾ, ਪਰ ਜੇ ਕਿਸੇ ਦੇ ਸਰੀਰ 'ਤੇ ਜ਼ਖਮ ਹੋਣ ਨੂੰ ਦਵਾਈ ਦੇ ਕੇ ਬੇਹੋਸ਼ ਕਰ ਦਿੱਤਾ ਜਾਏ, ਉਹਦੀ ਮੌਤ ਹੋ ਜਾਏਗੀ। ਜੇ ਕਿਸੇ ਦੇ ਸਰੀਰ ਦੇ ਵਿੱਚ ਕੋਈ ਦੁੱਖ ਹੈ, ਦਰਦ ਹੈ, ਪੀੜ ਹੈ, ਅਤੇ ਉਸ ਨੂੰ ਇਸ ਤਰ੍ਹਾਂ ਦੀ ਦਵਾਈ ਦਿੱਤੀ ਜਾਏ, ਉਹਦਾ ਸਰੀਰ ਸੁੰਨ ਹੋ ਜਾਏ, ਤਾਂ ਉਹ
ਦਰਦ ਦਾ ਨਾ ਹੋਣਾ ਉਹਦੀ ਮੌਤ ਦਾ ਕਾਰਨ ਬਣ ਜਾਏਗਾ। ਦੁੱਖ ਤਾਂ ਸਾਰੇ ਜਗਤ ਵਿੱਚ ਹੈ ਹੀ, ਪਰ ਬਹੁਤ ਘੱਟ ਲੋਕ ਕਹਿੰਦੇ ਨੇ ਸਾਨੂੰ ਦੁੱਖ ਹੈ। ਉਹਦਾ ਕਾਰਨ ਹੈ, ਬਹੁਤੇ ਲੋਕ ਮਾਇਆ ਦੇ ਉਸ ਪ੍ਰਭਾਵ ਥੱਲੇ ਬੇਹੋਸ਼ ਹੋ ਚੁੱਕੇ ਨੇ, ਸੁੰਨ ਹੋ ਚੁੱਕੇ ਨੇ। ਉਹਨਾਂ ਵਿੱਚ ਇੰਨੀ ਵੀ ਸਮਰੱਥਾ ਨਹੀਂ ਕਿ ਆਪਣਾ ਦੁੱਖ ਹੀ ਰੋ ਲੈਣ। ਜਿਨ੍ਹਾਂ ਨੂੰ ਥੋੜ੍ਹੀ ਜਿਹੀ ਹੋਸ਼ ਆਉਂਦੀ ਉਹ ਆਪਣਾ ਦੁੱਖ ਆਪਣੇ ਗੁਰੂ ਨਾਲ ਸਾਂਝਾ ਕਰਦੇ, ਅਤੇ ਫਿਰ ਪੂਰੇ ਗੁਰੂ ਵੱਲੋਂ ਇੱਕ ਦਵਾਈ ਦੇ ਤਹਿਤ ਉਹਨਾਂ ਦੇ ਦੁੱਖ ਨੂੰ ਸੁੱਖ ਵਿੱਚ, ਆਨੰਦ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਔਰ ਉਹ ਆਨੰਦ ਫਿਰ ਮਨੁੱਖ ਦੇ ਜੀਵਨ ਦੀ ਸੰਪੂਰਨਤਾ ਬਣ ਜਾਂਦਾ ਹੈ। ਸਤਿਗੁਰੂ ਨੇ ਅੱਜ ਦੇ ਸ਼ਬਦ ਦੇ ਜਵਾਬ ਬਿਲਕੁਲ ਸ਼ੁੱਧ ਦਿੱਤੇ ਹਨ, ਕੋਈ ਪੋਚਾ ਨਹੀਂ ਮਾਰਿਆ। ਉਹਨੇ ਪੁੱਛਿਆ ਦੁੱਖ ਕਿਉਂ, ਸੰਤਾਪ ਕਿਉਂ, ਪੀੜਾ ਕਿਉਂ, ਮੌਤ ਕਿਉਂ ਹੈ। ਗੁਰੂ ਸਾਹਿਬ ਨੇ ਇੱਥੇ ਕਿਤੇ ਨਹੀਂ ਕਿਹਾ ਕਿ ਮੈਂ ਤੈਨੂੰ ਆਸ਼ੀਰਵਾਦ ਦੇਣਾ ਅਤੇ ਤੇਰਾ ਦੁੱਖ ਹਟ ਜਾਏਗਾ। ਇਹ ਸ਼ਬਦ ਵਿੱਚ ਕਿਤੇ ਜਵਾਬ ਨਹੀਂ ਦਿੱਤਾ, ਕਿਉਂਕਿ ਇਹ ਜਵਾਬ ਤਕਰੀਬਨ ਝੂਠੇ ਹਨ। ਗੁਰੂ ਨਾਨਕ ਦੇਵ ਜੀ ਨੇ ਸੱਚਾ ਜਵਾਬ ਦਿੱਤਾ ਹੈ ਜਦੋਂ ਉਹਨੇ ਕਿਹਾ ਦੁੱਖ ਕਿਉਂ, ਅਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਦੁੱਖ ਤੇ ਰੁੱਖ ਵਰਗਾ, ਇਹਦਾ ਬੀਜ ਲੱਭ, ਦੁੱਖ ਉੱਗਦਾ ਕਿੱਥੋਂ ਹੈ, ਬੀਜ ਵੇਖ ਇਹਦਾ ਕਿੱਥੇ ਹੈ, ਪਹਿਲਾਂ ਬੀਜ ਬਾਰੇ ਜਾਣ। ਜੇ ਤੈਨੂੰ ਬੀਜ ਦੀ ਸਮਝ ਨਾ ਆਈ, ਇਹ ਤਾਂ ਗੱਲ ਪੱਕੀ ਕਿ ਗੁਰੂ ਨਾਨਕ ਦੇਵ ਜੀ ਸਮਰੱਥ ਨੇ, ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਨੇ ਸਿੱਖ ਦੇ ਦੁੱਖ ਨੂੰ ਅੱਖ ਦੇ ਖੁੱਲ੍ਹਣ ਅਤੇ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਨਸ਼ਟ ਕਰਨ ਦੀ ਸਮਰੱਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਕੋਈ ਸ਼ੱਕ ਨਹੀਂ। ਪਲ ਤੋਂ ਵੀ ਪਹਿਲਾਂ ਸਤਿਗੁਰੂ ਨੇ ਐਸੀਆਂ ਤਰੀਕਿਆਂ ਨੂੰ ਵਰਤਿਆ ਵੀ ਹੈ, ਪਰ ਸਤਿਗੁਰੂ ਨਾਲ ਨਾਲ ਕੁਝ ਹੋਰ ਗੱਲਾਂ ਕਹਿੰਦੇ, ਕਹਿੰਦੇ ਠੀਕ ਹੈ ਅੱਜ ਮੈਂ ਤੇਰਾ ਦੁੱਖ ਹਟਾ ਦਿਆਂਗਾ, ਪਰ ਤੇਰੀ ਜ਼ਿੰਦਗੀ ਦੇ ਵਿੱਚ ਦੁੱਖਾਂ ਦੇ ਬੀਜ ਨੱਪੇ ਪਏ ਨੇ, ਉਹਨਾਂ ਨੂੰ ਕੱਢ ਵਿੱਚੋਂ, ਨਹੀਂ ਤਾਂ ਦੁਬਾਰਾ ਫਿਰ ਦੁੱਖਾਂ ਦੇ ਰੁੱਖ ਉੱਗਣਗੇ। ਪੂਰੇ ਸਤਿਗੁਰੂ ਦਾ ਇਹ ਬਖਸ਼ਿਸ਼ ਭਰਿਆ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਵੀ ਇੱਕ ਤਾਂ ਤੇਰਾ ਦੁੱਖ ਮੈਂ ਖਤਮ ਕਰ ਦਿਆਂਗਾ, ਪਰ ਜੇ ਤੇਰੇ ਅੰਦਰ ਬੀਜ ਨਾ ਗਏ ਦੁੱਖ ਦੇ, ਪਰਤ ਕੇ ਫਿਰ ਦੁੱਖਾਂ ਨੇ ਉੱਗਣਾ, ਤੂੰ ਫਿਰ ਆਵੇਂਗਾ, ਫਿਰ ਮੇਰਾ ਕੰਮ ਵਧਾਏਗਾ, ਫਿਰ ਜ਼ਿਆਦਾ ਕਰ ਦੇਂਗਾ ਤੂੰ। ਇੱਕ ਵਾਰੀ ਤਾਂ ਮੈਂ ਕਰ ਦਿੰਦਾ ਤੈਨੂੰ, ਠੀਕ ਕਰ ਦਿੰਦਾ, ਪਰ ਤੂੰ ਉੱਧਰ ਝਾਤੀ ਪਾ ਜਿੱਥੇ ਬੀਜ ਪਏ ਹੋ ਤੇਰੀ ਜ਼ਿੰਦਗੀ ਵਿੱਚ। ਬਾਬਾ ਫਰੀਦ ਸਾਹਿਬ ਤਾਂ ਹੀ ਕਹਿੰਦੇ ਨੇ, ਕਿਸੇ ਜ਼ਿਮੀਂਦਾਰ ਨੇ ਕਿਹਾ ਮੈਨੂੰ ਕੰਡੇ ਬਹੁਤ ਵੱਜਦੇ ਨੇ ਪੈਰਾਂ ਵਿੱਚ, ਲੰਗੜਾ ਕੇ ਆਉਂਦਾ ਸੀ, ਅਤੇ ਕਿਹਾ ਫਰੀਦ ਸਾਹਿਬ ਆਸ਼ੀਰਵਾਦ ਦਿਓ ਦਰਦ ਹਟ ਜਾਏ, ਪੀੜ ਖਤਮ ਹੋ ਜਾਏ। ਫਰੀਦ ਸਾਹਿਬ ਨੇ ਕਿਹਾ ਆਸ਼ੀਰਵਾਦ ਦੇਣ ਵਿੱਚ ਮੈਨੂੰ ਕੀ ਕੰਜੂਸੀ ਹੈ, ਮੈਂ ਹੱਥ ਹੀ ਚੁੱਕਣਾ ਅਤੇ ਤੇਰੇ ਸਿਰ 'ਤੇ ਰੱਖਣਾ, ਔਰ ਜੇ ਮੈਂ ਖੁਦਾ ਨੂੰ ਕਹਾਂ ਮੈਨੂੰ ਯਕੀਨ ਹੈ ਉਹ ਤੇਰੀ ਦਰਦ ਵੀ ਹਟਾਏਗਾ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ ਤੈਨੂੰ ਕੰਡੇ ਚੁੱਭਦੇ ਕਿੱਥੋਂ ਨੇ। ਕਹਿਣ ਲੱਗਾ ਖੇਤ ਵਿੱਚੋਂ, ਖੇਤ ਜਾ ਕੇ ਵੇਖਿਆ ਕਿੱਕਰ ਸਨ ਉੱਥੇ। ਫਰੀਦ ਸਾਹਿਬ ਨੇ ਕਿਹਾ ਇੱਕ ਵਾਰੀ ਦਰਦ ਹਟਾ ਦਿੰਦੇ ਹਾਂ, ਲਿਆ ਕੰਡਾ ਕੱਢ ਦਿੰਦੇ ਹਾਂ ਤੇਰਾ ਸੂਈ ਲੈ ਕੇ, ਅੱਗੋਂ ਤੂੰ ਕਿੱਕਰ ਪੁੱਟ ਦੇ ਆਪਣੀ ਜ਼ਮੀਨ ਵਿੱਚੋਂ, ਕਿਉਂਕਿ ਤੇਰਾ ਇੱਕ ਕਿੱਕਰ ਕਈ ਕਿੱਕਰਾਂ ਨੂੰ ਜਨਮ ਦਿੰਦਾ ਹੈ। ਕਿੱਕਰ ਸ਼ਬਦ ਸਮਝਦੇ ਹੋ ਗਏ ਆਪ ਜੀ, ਕੰਡਿਆਲਾ ਰੁੱਖ ਜਿਹਨੂੰ ਕੰਡੇ ਲੱਗਦੇ, ਤੂੰ ਇਹਨਾਂ ਨੂੰ ਪੁੱਟ। ਉਹਨੇ ਕਿਹਾ ਨਹੀਂ, ਕਿੱਕਰਾਂ ਦੀ ਖੇਤੀ ਤਾਂ ਆਦਿਕਾਲ ਤੋਂ ਅਸੀਂ ਕਰਦੇ ਰਹੇ, ਮੇਰਾ ਦਾਦਾ ਕਰਦਾ ਸੀ, ਮੇਰਾ ਬਾਪ ਕਰਦਾ ਸੀ, ਮੈਂ ਕਿਉਂ ਛੱਡਾਂ। ਫਰੀਦ ਸਾਹਿਬ ਕਹਿੰਦੇ ਫਿਰ ਮੇਰਾ ਟਾਈਮ ਬਰਬਾਦ ਨਾ ਕਰ, ਜਾ ਬੀਜ ਕਿੱਕਰ ਅਤੇ ਖਾ ਕੰਡੇ। ਜਗਤ ਦਾ ਹਿਸਾਬ ਵੀ ਕੁਝ ਇਸੇ ਤਰ੍ਹਾਂ ਦਾ, ਅਸੀਂ ਕਿੱਕਰ ਬੀਜਣ ਤੋਂ ਸੰਕੋਚ ਨਹੀਂ ਕਰਦੇ, ਪਰ ਦਰਦ ਹਟਾਉਣੀ ਚਾਹੁੰਦੇ ਹਾਂ। ਅਸੀਂ ਕਿੱਕਰਾਂ ਤੋਂ ਕਿਉਂਕਿ ਸਾਡੇ ਦਾਦੇ ਪੜਦਾਦੇ ਦਾ ਬਿਜਨਸ ਰਿਹਾ ਕਿੱਕਰ ਬੀਜਣੇ, ਝੂਠ ਬੀਜਣਾ, ਪਾਪ ਬੀਜਣੇ, ਮਨ ਮਤ ਬੀਜਣੀ,
ਕਿੱਕਰ ਬੀਜਣੇ ਛੱਡਣੇ ਨਹੀਂ ਅਤੇ ਦਰਦ ਹਟਾਉਣ ਲਈ ਕਹਿਣਾ। ਸਤਿਗੁਰੂ ਕਹਿੰਦੇ ਤੂੰ ਯਤਨ ਕਰ। ਔਰ ਅੱਜ ਦਾ ਸਾਰਾ ਸਲੋਕ ਇਹਦੇ ਨਾਲ ਸੰਬੰਧਿਤ ਹੈ, ਧਿਆਨ ਦੇਣਾ। ਔਰ ਸਤਿਗੁਰੂ ਇੱਥੇ ਵਾਰ ਵਾਰ ਕਹਿੰਦੇ ਨੇ ਦੁੱਖਾਂ ਦਾ ਕਾਰਨ, ਦੁੱਖਾਂ ਦਾ ਬੀਜ ਹੈ ਪਾਪ। ਤੂੰ ਪਾਪ ਵੱਲ ਝਾਤੀ ਪਾਪ, ਬੀਜਾਂ ਨੂੰ ਲੱਭ, ਕਿੱਥੋਂ ਉੱਗਦੇ ਨੇ ਤੇਰੇ ਦੁੱਖ। ਔਰ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਦੁੱਖ ਤਾਂ ਨੇ ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਬੀਜ ਹੈ ਅਤੇ ਦੁੱਖ ਉਹਦਾ ਰੁੱਖ ਹੈ। ਫਿਰ ਕੀ ਹੁੰਦਾ ਹੈ, ਇੱਕ ਪਾਪ ਦੇ ਵਿੱਚੋਂ ਇੱਕ ਰੁੱਖ ਉੱਗਦਾ ਦੁੱਖ ਦਾ, ਉਹਨੂੰ ਫਿਰ ਇੱਕ ਰੁੱਖ ਨੂੰ ਕਿੰਨੇ ਕਿੰਨੇ ਬੀਜ ਲੱਗਦੇ ਨੇ, ਉਹ ਫਿਰ ਕਰਦੇ ਨੇ, ਫਿਰ ਹੋਰ ਪਾਪ, ਫਿਰ ਹੋਰ ਪਾਪ। ਮਨੁੱਖੀ ਜੀਵਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਤੁਸੀਂ ਇੱਕ ਚੀਜ਼ ਨੂੰ ਵਰਤੋ, ਉਹ ਵਾਰ ਵਾਰ ਵੱਧਦੀ ਜਾਏਗੀ, ਕਿਰਦੀ ਜਾਏਗੀ ਜੀਵਨ, ਭਾਵੇਂ ਦੁੱਖ ਭਾਵੇਂ ਸੁੱਖ। ਜਿਹੜੀ ਚੀਜ਼ ਨੂੰ ਬਹੁਤਾ ਬੀਜੀਏ, ਜਿਹੜੇ ਕੰਮ ਨੂੰ ਬਹੁਤਾ ਕਰੀਏ, ਉਹ ਵਾਰ ਵਾਰ ਉੱਗਦੇ ਜਾਂਦਾ ਹੈ, ਵਿੱਚੋਂ ਉਹਦੇ ਬੂਟੇ ਬਣਦੇ ਜਾਂਦੇ ਨੇ। ਇਸ ਕਰਕੇ ਸਤਿਗੁਰੂ ਨੇ ਜਦੋਂ ਦੁੱਖ ਦੀ ਗੱਲ ਕੀਤੀ ਹੈ ਨਾ, ਤਾਂ ਇੱਕ ਪੰਕਤੀ ਬਹੁਤ ਪਿਆਰੀ ਗੁਰੂ ਨਾਨਕ ਸਾਹਿਬ ਜੀ ਦੀ, ਆਪ ਜੀ ਵਾਰ ਵਾਰ ਪੜ੍ਹਦੇ ਹੋ ਜਪਜੀ ਸਾਹਿਬ ਦੇ ਵਿੱਚ, ਜਿਹਦੇ ਵਿੱਚ ਹਜ਼ੂਰ ਨੇ ਬਚਨ ਕੀਤੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਐ ਦੁੱਖ ਪਾਪ ਕਾ ਨਾਸ। ਇੱਥੇ ਦੁੱਖ ਅਤੇ ਪਾਪ ਦੋਵੇਂ ਸ਼ਬਦ ਇਕੱਠੇ ਕਹਿ ਦਿੱਤੇ ਨੇ। ਇਹਦਾ ਮਤਲਬ ਸਤਿਗੁਰੂ ਕਹਿੰਦੇ ਇਕੱਲਾ ਦੁੱਖ ਮੈਂ ਤੇਰਾ ਨਹੀਂ ਹਟਾਵਾਂਗਾ, ਤੂੰ ਪਾਪ ਛੱਡ, ਪਾਪਾਂ ਦੇ ਬੀਜ ਖਤਮ ਕਰ, ਪਾਪ ਨੂੰ ਕੱਢ ਵਿੱਚੋਂ, ਤੇਰੇ ਦੁੱਖ ਹਟ ਜਾਣਗੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਵਿੱਚ ਸੰਪੂਰਨ ਮਨੁੱਖੀ ਜੀਵਨ ਦੇ ਦੁੱਖ ਦਾ ਕਾਰਨ ਦੱਸ ਦਿੱਤਾ ਹੈ, ਪਾਪ ਕਾਰਨ ਇਹਦਾ। ਪਾਪ ਦੇ ਕੱਪੜੇ ਦੁਆਲੇ ਵਲੇਟੇ ਹੋਏ ਨੇ ਅਸੀਂ, ਮਨ ਮਤ ਦੇ ਵਿਚਾਰ ਦੁਆਲੇ ਵਲੇਟੇ ਨੇ, ਉਹਨਾਂ ਨੂੰ ਅਸੀਂ ਤਿਆਗਦੇ ਨਹੀਂ, ਛੱਡਦੇ ਨਹੀਂ, ਤਿਆਗਣ ਵਾਸਤੇ ਤਿਆਰ ਨਹੀਂ। ਇੱਥੇ ਮੈਂ ਇੱਕ ਹੋਰ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਸਾਂਝੀ ਕਰਾਂ। ਸਾਡੇ ਅੰਤਿਸ਼ ਕਰਨ ਦੇ ਵਿੱਚ ਇੱਕ ਯੰਤਰ ਲੱਗਾ ਹੋਇਆ, ਉਹਨੂੰ ਕਹਿੰਦੇ ਨੇ ਸੰਕਲਪ ਸ਼ਕਤੀ, ਕਿਸੇ ਚੀਜ਼ ਨੂੰ ਫਿਕਸ ਕਰ ਲੈਣਾ। ਜਿੰਨਾ ਚਿਰ ਅਸੀਂ ਉਹਦੇ ਵਿੱਚ ਤਬਦੀਲੀ ਨਹੀਂ ਲਿਆਉਂਦੇ, ਧਿਆਨ ਦੇਣਾ, ਗੁਰੂ ਨੂੰ ਸਾਡੇ ਉੱਤੇ ਕੰਮ ਕਰਨਾ ਬੜਾ ਔਖਾ ਹੈ। ਸਿਆਣੇ ਕਹਿੰਦੇ ਨੇ ਬੰਦਾ ਜਿੰਨਾ ਚਿਰ ਆਗਿਆ ਨਹੀਂ ਦਿੰਦਾ, ਪਰਮਾਤਮਾ ਭਾਵੇਂ ਸਿਰ 'ਤੇ ਆ ਕੇ ਖਲੋ ਜਾਏ, ਪਰਮਾਤਮਾ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗਾ, ਉਹਦਾ ਸੁਭਾਅ ਹੈ। ਪਰਮਾਤਮਾ ਨੇ ਸੁਤੰਤਰ ਕੀਤਾ ਸਾਨੂੰ। ਜੇ ਅਸੀਂ ਰਾਜ਼ੀ ਨਹੀਂ ਹਾਂ, ਗੁਰੂ ਦੀ ਬਖਸ਼ਿਸ਼ ਲੈਣ ਨੂੰ ਤਿਆਰ ਨਹੀਂ, ਤਾਂ ਗੁਰੂ ਕੀ ਕਰੇਗਾ? ਕਬੀਰ ਸਤਿਗੁਰੂ ਸਾਚਾ ਕਿਆ ਕਰੇ, ਜਿਉਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗੇ ਜੋ ਬਾਂਸ ਵਜਾਈਐ ਹੂਕ। ਜਿੰਨਾ ਚਿਰ ਅਸੀਂ ਖੁਦ ਤਿਆਰ ਨਹੀਂ ਹੁੰਦੇ, ਪੂਰੇ ਗੁਰੂ ਨੂੰ ਕੰਮ ਕਰਨਾ ਸਾਡੇ 'ਤੇ ਬੜਾ ਮੁਸ਼ਕਲ ਹੈ, ਕਿਉਂਕਿ ਅਸੀਂ ਦਰਵਾਜ਼ਾ ਹੀ ਨਹੀਂ ਖੋਲ੍ਹਿਆ, ਅਸੀਂ ਪੂਰੇ ਗੁਰੂ ਵਾਸਤੇ ਰਾਹ ਹੀ ਨਹੀਂ ਬਣਾਇਆ ਆਪਣੀ ਜ਼ਿੰਦਗੀ ਵਿੱਚ, ਚਾਹੁੰਦੇ ਹੀ ਨਹੀਂ। ਜਿਵੇਂ ਕਿ ਭਾਈ ਜਸਵਿੰਦਰ ਸਿੰਘ ਹੋਰਾਂ ਨੇ ਕੱਲ੍ਹ ਇੱਕ ਸ਼ਬਦ ਬੋਲਿਆ ਸੀ, ਉਹਦੇ ਉੱਤੇ ਕਿਸੇ ਨੂੰ ਸ਼ੰਕਾ ਹੋਇਆ ਸਿਮਰਨ ਤੋਂ ਪਹਿਲਾਂ, ਉਹਨਾਂ ਨੇ ਮੈਨੂੰ ਦੱਸਿਆ ਵੀ ਕਿਸੇ ਗੁਰਮੁਖਾਂ ਨੇ ਫੋਨ ਕੀਤਾ ਹੈ ਕਿ ਜੇ ਨਿੰਮ ਨੂੰ ਅੰਮ੍ਰਿਤ ਪਾਈਏ ਤਾਂ ਉਹ ਮਿੱਠੀ ਨਹੀਂ ਹੋਵੇਗੀ। ਤਾਂ ਇਹ ਜਿਹੜਾ ਪ੍ਰਮਾਣ ਹੈ, ਇਹਨੂੰ ਸਮਝਣ ਵਿੱਚ ਥੋੜ੍ਹੀ ਜਿਹੀ ਭੁਲੇਖਾ ਲੱਗ ਗਿਆ ਕਿਸੇ ਨੂੰ, ਧਿਆਨ ਦੇਣਾ। ਇਹ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਕਬੀਰ ਸਾਹਿਬ ਦਾ ਸ਼ਬਦ ਹੈ। ਔਰ ਉਹ ਕਹਿੰਦੇ ਨੇ ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਨਿੰਮ ਦੇ ਰੁੱਖ ਨੂੰ ਇੱਕ ਆਦਮੀ ਨੇ ਜੜ ਦੇ ਵਿੱਚ ਖੰਡ ਘੋਲ ਘੋਲ ਕੇ ਪਾਈ। ਜਦੋਂ ਪਾਣੀ ਪਾਉਂਦਾ ਵਿੱਚ ਖੰਡ ਘੋਲ ਲੈਂਦਾ, ਕਿਉਂ? ਵੀ ਜਦੋਂ ਇਹਨੂੰ ਉਹਦੇ ਬੀਜ ਲੱਗਣਗੇ ਨਾ, ਜਿਹਨੂੰ ਪੰਜਾਬੀ ਵਿੱਚ ਮਮੋਲੀਆਂ ਕਹਿੰਦੇ ਨੇ, ਇਹਦੇ ਤੋਂ ਦਵਾਈ ਬਣਦੀ ਹੈ, ਕੁਨੈਣ ਬਣਦੀ ਹੈ, ਰੋਗਾਂ ਦਾ ਨਾਸ਼ ਹੁੰਦਾ ਇਹਦੇ ਨਾਲ। ਵੀ ਜਦੋਂ ਇਹਨੂੰ ਇਹਦੇ ਫਲ ਲੱਗਣਗੇ ਇਸ ਨਿੰਮ ਨੂੰ, ਅਤੇ ਇਸ ਖੰਡ ਵਾਲੇ ਪਾਣੀ ਦਾ ਅਸਰ ਨਿਕਲੇਗਾ, ਉਹ ਮਿੱਠੇ ਹੋ ਜਾਣਗੇ, ਕਬੀਰ ਜੀ ਨੇ ਬਚਨ ਕਿਹਾ। ਹੁਣ ਇੱਥੇ ਧਿਆਨ ਦੇਣਾ, ਉਹਨਾਂ ਨੇ ਪ੍ਰਮਾਣ ਦਿੱਤਾ ਸੀ ਕਿ ਜੇ ਸਾਡਾ ਮਨ ਤਿਆਰ ਨਹੀਂ ਤਾਂ ਫਿਰ ਸਾਡਾ ਸੁਭਾਅ ਨਹੀਂ ਬਦਲੇਗਾ, ਖਿਆਲ ਰੱਖਣਾ। ਇਹ ਇੱਕ ਵੱਖਰਾ ਵਿਸ਼ਾ ਹੈ ਵੀ ਪੂਰਾ ਗੁਰੂ
ਆਪਣੀ ਸਮਰੱਥਾ ਦੇ ਨਾਲ ਕੁਝ ਵੀ ਕਰ ਸਕਦਾ ਹੈ, ਇੱਕ ਸੱਚਾਈ ਹੈ। ਪਰ ਜਦੋਂ ਇੱਥੇ ਜੜ੍ਹ ਦੀ ਗੱਲ ਕੀਤੀ ਨਾ ਨਿੰਮ ਦੀ, ਉਹਦਾ ਅਰਥ ਹੈ ਮਨੁੱਖ ਦੀ ਨੀਅਤ, ਮਨੁੱਖ ਦਾ ਸੰਕਲਪ। ਜੇ ਉਹਦੀ ਜੜ੍ਹ ਨਹੀਂ ਨਾ ਬਦਲਦੀ ਅੰਦਰੋਂ ਵਿਚਾਰਧਾਰਾ ਦੀ, ਉਹ ਸਭ ਕੁਝ ਉੱਤੇ ਉੱਤੇ ਰਹਿ ਜਾਂਦਾ, ਥੋੜ੍ਹੇ ਚਿਰ ਬਾਅਦ ਫਿਰ ਕੌੜਾ ਹੋ ਜਾਂਦਾ। ਭਾਵੇਂ ਉਹਦੇ ਉੱਤੇ ਕਿਹੜੇ ਧਰਮ ਦੇ ਤੁਸੀਂ ਕਹਾਂ ਸਵਾਣ ਕੋ ਸਿਮਰਤ ਸੁਣਾਏ, ਕਹਾਂ ਸਾਕਤ ਪੈ ਹਰ ਗੁਣ ਗਾਏ। ਅਸੀਂ ਅੰਦਰ ਨੂੰ ਕਵਰ ਕਰ ਲੈਂਦੇ ਹਾਂ ਗਿਆਨ ਤੋਂ, ਗੁਰੂ ਕੇ ਸ਼ਬਦ ਤੋਂ ਢੱਕ ਕੇ ਰੱਖਦੇ ਹਾਂ, ਵਿੱਚ ਜਾਣ ਨਹੀਂ ਦਿੰਦੇ ਪੂਰੇ ਡੂੰਘੇ ਵਿੱਚ। ਜਿੰਨਾ ਚਿਰ ਸਾਡੀ ਨੀਅਤ ਰਾਸ ਨਹੀਂ ਹੁੰਦੀ, ਉਨਾ ਚਿਰ ਕੋਈ ਧਰਮ ਸਾਡੇ 'ਤੇ ਕੰਮ ਨਹੀਂ ਕਰ ਸਕੇਗਾ। ਇਹ ਖਿਆਲ ਥੋੜ੍ਹਾ ਜਿਹਾ ਸ਼ਰਧਾ ਨੂੰ ਤਾਂ ਤੋੜਦੇ ਨੇ, ਪਰ ਇੱਕ ਗੱਲ ਦਾ ਖਿਆਲ ਰੱਖੋ, ਕਿਸੇ ਚੀਜ਼ 'ਤੇ ਅੰਦਰ ਕੋਈ ਨੁਕਸ ਹੋਵੇ ਉਹਨੂੰ ਢੱਕਣ ਦਾ ਕੋਈ ਫਾਇਦਾ ਨਹੀਂ ਹੁੰਦਾ, ਉਹਨੂੰ ਖੋਲ੍ਹ ਦੇਣਾ ਠੀਕ ਹੁੰਦਾ ਤਾਂ ਕਿ ਵਿੱਚੋਂ ਗੰਦਗੀ ਨਿਕਲ ਜਾਏ। ਸਾਡੇ ਮਨ ਦੀ ਡੂੰਘਾਈ ਦੇ ਵਿੱਚ ਅਸੀਂ ਆਪਣੀ ਮਤ ਛੱਡਣ ਨੂੰ ਤਿਆਰ ਨਹੀਂ ਹੁੰਦੇ, ਮਨ ਮਤ ਨੂੰ ਤਿਆਗਣ ਲਈ ਤਿਆਰ ਨਹੀਂ ਹਾਂ, ਅਤੇ ਉੱਪਰੋਂ ਉੱਪਰੋਂ ਸਾਡੇ ਸਾਰਾ ਕੁਝ ਵਹਿ ਜਾਂਦਾ। ਇਸ ਕਰਕੇ ਸਾਡੀ ਤਸੀਰ ਨਹੀਂ ਬਦਲਦੀ। ਪੂਰਾ ਗੁਰੂ ਕਿੰਨਾ ਲੋਕਾਂ 'ਤੇ ਕੰਮ ਕਰਦਾ ਜਿਹੜੇ ਲੋਕ ਪੂਰੀ ਤਰ੍ਹਾਂ ਸਮਰਪਿਤ ਹੋ ਜਾਂਦੇ ਨੇ। ਇਸ ਕਰਕੇ ਆਪ ਜੀ ਹੈਰਾਨ ਹੋਵੋਗੇ, ਮੈਂ ਛੋਟੀ ਜਿਹੀ ਉਦਾਹਰਨ ਦੇ ਦਿਆਂ। ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਦਾ ਅਸਰ ਉਹਨਾਂ ਦੇ ਪਿਤਾ 'ਤੇ ਨਹੀਂ ਹੋਇਆ ਪਹਿਲਾਂ, ਇਹ ਕੀ ਬਾਅਦ ਵਿੱਚ ਹੋ ਗਿਆ, ਬਿਲਕੁਲ ਅਖੀਰ 'ਤੇ ਜਾ ਕੇ ਉਹਨਾਂ ਦੇ ਪਿਤਾ ਬਾਬਾ ਕਲਿਆਣ ਦਾਸ ਜੀ ਨਹੀਂ ਸਮਝੇ, ਉਹਨਾਂ ਦੇ ਉਪਦੇਸ਼ 'ਤੇ ਪ੍ਰਭਾਵਿਤ ਨਹੀਂ ਹੋਏ। ਜੇ ਪ੍ਰਭਾਵਿਤ ਹੋਏ ਹੁੰਦੇ ਤਾਂ ਚਪੇੜ ਕਿਉਂ ਮਾਰਦੇ 20 ਰੁਪਈਆਂ ਵਿੱਚ, ਜੇ ਗੁਰੂ ਸਮਝ ਲੈਂਦੇ, ਬਾਅਦ ਵਿੱਚ ਸਮਝੇ। ਪਰ ਉਸ ਘਰ ਦੇ ਵਿੱਚ ਇੱਕ ਅਨਪੜ੍ਹ ਬੀਬੀ ਜਿਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਨਮ ਦਵਾਇਆ, ਜਿਸ ਦਾ ਨਾਮ ਦੌਲਤਾਂ ਦਾਈ ਹੈ, ਬਿਲਕੁਲ ਅਨਪੜ੍ਹ, ਉਹ ਪਹਿਲੇ ਦਿਨ ਰੰਗੀ ਗਈ, ਪਹਿਲੇ ਦਿਨ ਬਖਸ਼ਿਸ਼ ਹੋ ਗਈ। ਕਾਰਨ ਕੀ ਹੈ? ਪਿੱਛੇ ਸਿੱਧੀ ਸਾਦੀ ਸੀ, ਬਿਲਕੁਲ ਬਿਲਕੁਲ ਸਿੱਧੀ। ਬਾਬਾ ਕਲਿਆਣ ਦਾਸ ਜੀ ਤਾਂ ਪਟਵਾਰੀ ਸਨ, ਪੜ੍ਹੇ ਸਨ, ਵਿੱਦਿਆ ਬੜੀ ਸੀ, ਅਤੇ ਵਿੱਦਿਆ ਦਾ ਇੱਕ ਫਾਇਦਾ ਵੀ ਹੈ, ਦਾ ਨੁਕਸਾਨ ਵੀ ਬਹੁਤ ਵੱਡਾ। ਇੱਕ ਤੁਲਸਾ ਦਾਸੀ ਜਿਹੜੀ ਘਰ ਵਿੱਚ ਕੰਮ ਕਰਨ ਵਾਲੀ, ਜਿਹਨੂੰ ਊੜਾ ਵੀ ਕਹਿਣਾ ਨਹੀਂ ਆਉਂਦਾ, ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਪਾਤਰ ਬਣ ਗਈ। ਤੁਸੀਂ ਇਤਿਹਾਸ ਨੂੰ ਖੋਲ੍ਹ ਕੇ ਵੇਖੋ, ਗੁਰੂ ਤੋਂ ਸੱਪ ਪ੍ਰਭਾਵਿਤ ਹੋ ਗਿਆ, ਗੁਰੂ ਤੋਂ ਰੁੱਖ ਪ੍ਰਭਾਵਿਤ ਹੋ ਗਿਆ, ਪਰ ਸਾਰੇ ਬੰਦੇ ਪ੍ਰਭਾਵਿਤ ਨਹੀਂ ਹੋਏ। ਉਹ ਹੀ ਪ੍ਰਭਾਵਿਤ ਹੋਏ ਜਿਹੜੇ ਪ੍ਰਭਾਵਿਤ ਹੋਣ ਲਈ ਤਿਆਰ ਹੋਏ ਪਹਿਲਾਂ ਅੰਦਰੋਂ, ਦੂਸਰੇ ਪ੍ਰਭਾਵਿਤ ਨਹੀਂ ਹੋਏ। ਸੱਚਾਈ ਹੈ, ਤੁਸੀਂ ਇਤਿਹਾਸ ਖੋਲ੍ਹ ਕੇ ਵੇਖ ਲਓ। ਜਿਹੜਾ ਆਦਮੀ ਇੱਕ ਰੁੱਖ ਸੁਭਾਅ ਬਦਲਦਾ, ਤੁਸੀਂ ਵੇਖੋ ਰੇਠਾ ਸਾਹਿਬ, ਉਹ ਰੁੱਖ ਮਿੱਠਾ ਹੋਇਆ, ਰੇਠਾ ਤਬਦੀਲ ਹੋਇਆ, ਪਰ ਰੁੱਖ ਦੀ ਬਿਰਤੀ ਜਿਹੜੀ ਇਹ ਨਾ ਸਮਰਪਿਤ ਹੈ। ਰੁੱਖ ਜਿਹੜਾ ਹਮੇਸ਼ਾ ਸਮਰਪਿਤ ਰਹਿੰਦਾ, ਪ੍ਰਭਾਵ ਥੱਲੇ ਰਹਿੰਦਾ, ਜਿਹੜਾ ਆਏ ਉਹਦੇ ਨਾਲ ਪਿਆਰ ਕਰਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਰੁੱਖ ਦੀ ਤਸ਼ਬੀਹ ਇੱਕ ਫਕੀਰ ਦੇ ਨਾਲ ਦਿੱਤੀ ਗਈ, ਕਿਉਂਕਿ ਰੁੱਖ ਦਾ ਅਤੇ ਫਕੀਰ ਦਾ ਸੁਭਾਅ ਇੱਕੋ ਜਿਹਾ ਹੈ। ਪੂਰੇ ਗੁਰੂ ਤੋਂ ਪ੍ਰਭਾਵਿਤ ਹੋ ਗਏ, ਸਮਰਪਿਤ ਹੋ ਗਏ। ਇਸ ਕਰਕੇ ਇਹ ਜਿਹੜਾ ਬਚਨ ਹੈ ਕਿ ਅੰਮ੍ਰਿਤ ਲੈ ਲੈ ਨੀਮ ਸਿੰਚਾਈ ਕਹਿ ਕਬੀਰ ਕੂਆਂ ਕਾ ਸਹਿਜ, ਸਹਿਜ ਦਾ ਅਰਥ ਉਹਦਾ ਸੁਭਾਅ ਨਹੀਂ ਜਾਏਗਾ, ਉਹਦੀ ਕੁੜਿੱਤਨ ਨਹੀਂ ਜਾਏਗੀ। ਇਹਦਾ ਮਤਲਬ ਸਿਰਫ ਇੰਨਾ ਕਿ ਜਿੰਨਾ ਚਿਰ ਅਸੀਂ ਡੂੰਘਾਈ ਦੇ ਵਿੱਚ ਮਨ ਦੇ ਵਿੱਚੋਂ ਗੁਰੂ 'ਤੇ ਸ਼ਰਧਾ ਧਾਰਨ ਨਹੀਂ ਨਾ ਕਰਦੇ, ਉਹਨਾਂ ਚਿਰ ਸਾਡਾ ਕਾਰਜ ਨਹੀਂ ਹੋਵੇਗਾ। ਉਸ ਸ਼ਰਧਾ ਦੀ ਅੰਦਰ ਜਿਹੜੀ ਸਾਡੇ ਗੰਢ ਬੱਝੀ ਹੋਈ ਹੈ ਸੰਕਲਪ ਦੀ, ਅਸੀਂ ਮਤ ਨੂੰ ਖੋਲ੍ਹ ਨਹੀਂ ਰਹੇ। ਉਸ ਗੰਢ ਨੂੰ ਖੋਲ੍ਹਣ ਵਾਸਤੇ ਇਸ ਤਰ੍ਹਾਂ ਦੇ ਖਿਆਲ ਗੁਰਬਾਣੀ ਵਿੱਚ ਦਿੱਤੇ ਗਏ ਤਾਂ ਕਿ ਮਨੁੱਖ ਦੇ ਮਨ ਦੇ ਹੰਕਾਰ ਦੀ ਗੰਢ ਖੁੱਲ੍ਹੇ, ਇਹ ਆਪਣਾ ਦਰਵਾਜ਼ਾ ਖੋਲ੍ਹੇ। ਇਸ ਕਰਕੇ ਪੂਰਾ ਗੁਰੂ ਤਾਂ ਇਹ ਕਾਰਜ ਕਰੇਗਾ ਜੇ ਅਸੀਂ ਖੁਦ ਉਸ ਕਾਰਜ ਵਿੱਚ ਸਹਿਯੋਗ ਦੇਣ ਵਾਸਤੇ ਤਿਆਰ ਹਾਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਸ਼ਬਦ ਵਿੱਚ ਕਿੰਨੇ ਹੀ ਸਵਾਲਾਂ ਦੇ ਜਵਾਬ ਵਿੱਚ ਕਹਿ ਰਹੇ ਨੇ, ਕਹਿੰਦੇ ਨੇ ਨਾ ਤਿਸ ਸੋਗ, ਉਸ ਨੂੰ ਕੋਈ ਸੋਗ ਨਹੀਂ ਹੋਵੇਗਾ ਜੋ ਪਾਪ ਤੋਂ ਬਚ ਜਾਏਗਾ। ਵਿਯੋਗ, ਉਸ ਨੂੰ ਕੋਈ ਵਿਛੋੜਾ ਨਹੀਂ ਆਏਗਾ ਜੋ ਪਾਪ ਤੋਂ ਖਾਲੀ ਕਰ ਲਏਗਾ ਆਪਣੇ ਆਪ। ਸੰਤਾਪ, ਸੰਤਾਪ ਦਾ ਅਰਥ ਹੈ ਜ਼ਿੰਦਗੀ ਦੀ ਪੀੜਾ, ਮਾਨਸਿਕ ਦੁੱਖ,
ਉਹ ਹਰ ਪ੍ਰਕਾਰ ਦੇ ਮਾਨਸਿਕ ਦੁੱਖ ਤੋਂ ਬਚੇਗਾ। ਜਿਹੜਾ ਇਹ ਸਾਰੀਆਂ ਚੀਜ਼ਾਂ ਦੇ ਬੀਜ ਪਾਪ ਨੂੰ ਅੰਦਰੋਂ ਕੱਢਣ ਵਾਸਤੇ ਰਾਜ਼ੀ ਹੋ ਜਾਏਗਾ, ਸਾਰੇ ਦੁੱਖ ਉਹਦੇ ਮਿਟ ਜਾਣਗੇ, ਵਿੱਚੋਂ ਨਿਕਲ ਜਾਣਗੇ, ਨਰਕ ਪੜਨ ਤੋਂ, ਨਰਕ ਵਿੱਚ ਪੈਣ ਤੋਂ ਬਚ ਜਾਏਗਾ, ਮੌਤ ਉਹਦੇ 'ਤੇ ਪ੍ਰਭਾਵ ਨਹੀਂ ਪਾਏਗੀ। ਇੱਕ ਹੋਰ ਛੋਟੀ ਜਿਹੀ ਬੇਨਤੀ ਇੱਥੇ ਆਪ ਜੀ ਦੇ ਚਰਨਾਂ ਵਿੱਚ ਕਰਦਿਆਂ, ਜੀਵਤ ਮ੍ਰਿਤਕ ਕਿਸ ਨੂੰ ਕਹੀਦਾ? ਹੁਣੇ ਖਿਆਲ ਚੱਲਦਾ ਸੀ, ਮੌਤ ਕੀ ਹੈ? ਜੇ ਤੁਸੀਂ ਡੂੰਘਾਈ ਵਿੱਚ ਜਾਓ ਤਾਂ ਇੱਕ ਸਵਾਲ ਲਿਖਿਆ ਜਾਏ ਬੋਰਡ 'ਤੇ ਕਿ ਮੌਤ ਦੇ ਪਰਿਆਇਵਾਚੀ ਸ਼ਬਦ ਲੱਭੋ ਗੁਰਬਾਣੀ ਦੇ ਵਿੱਚੋਂ, ਧਿਆਨ ਦਿਓ। ਪਰਿਆਇਵਾਚੀ ਸ਼ਬਦ ਆਪ ਜੀ ਸਮਝਦੇ ਹੋ, ਪੰਜਾਬੀ ਵਿੱਚ ਅਤੇ ਹਿੰਦੀ ਵਿੱਚ ਇਹ ਸ਼ਬਦ ਵਰਤਿਆ ਜਾਂਦਾ। ਅਤੇ ਇੱਥੇ ਮੈਂ ਇੱਕ ਬੇਨਤੀ ਕਰਾਂ, ਭਾਵੇਂ ਅਸੀਂ ਰਿਵਾਜ਼ ਵਜੋਂ ਹੁਣ ਘਰਾਂ ਵਿੱਚ ਅੰਗਰੇਜ਼ੀ ਬੋਲਣ ਲੱਗ ਪਏ, ਪਰ ਅਣਜਾਣ ਪੁਣੇ ਵਿੱਚ ਆਪਣੀ ਕੌਮ ਦਾ ਬਹੁਤ ਵੱਡਾ ਨੁਕਸਾਨ ਕਰਨ ਦੀ ਤਿਆਰੀ ਕਰ ਰਹੇ ਹਾਂ। ਖਿਆਲ ਰੱਖਣ, ਜਿੱਥੇ ਜ਼ਰੂਰਤ ਹੈ, ਜਿੱਥੇ ਲੋੜ ਹੈ, ਉੱਥੇ ਅੰਗਰੇਜ਼ੀ ਬੋਲੀਏ। ਪਰ ਮੈਂ ਵੇਖਿਆ ਘਰਾਂ ਵਿੱਚ ਅੰਗਰੇਜ਼ੀ, ਹਰ ਇੱਕ ਚੀਜ਼ ਵਿੱਚ ਇੰਗਲਿਸ਼ ਬੋਲੀ ਜਾਂਦੀ ਹੈ। ਅਸੀਂ ਕਹਿੰਦੇ ਹਾਂ ਜੀ ਦੱਸੋ, ਘਰਾਂ ਵਿੱਚ ਜਾਈਏ, ਕਿਤੇ ਗੁਰੂ ਕੇ ਪਿਆਰੇ ਮਿਲਦੇ ਨੇ, ਪੁੱਛਦੇ ਨੇ ਦੱਸੋ ਕੋਈ ਕਿਹੜਾ ਕੰਮ ਕਰੀਏ, ਕੌਮ ਵਾਸਤੇ ਕਿਹੜੀ ਸੇਵਾ ਕਰੀਏ, ਕੀ ਕਰਨਾ ਚਾਹੀਦਾ। ਅਤੇ ਮੈਂ ਕਹਿੰਦਾ ਇੱਕੋ ਹੀ ਸੇਵਾ ਕਰ ਲਓ, ਤੁਸੀਂ ਇਹ ਵੇਖੋ ਵੀ ਲੋੜ ਤੋਂ ਬਿਨਾਂ ਅੰਗਰੇਜ਼ੀ ਨਹੀਂ ਪੰਜਾਬੀ ਬੋਲਣੀ ਹੈ, ਜ਼ਰੂਰਤ ਤੋਂ ਬਿਨਾਂ ਘਰ ਵਿੱਚ ਪੰਜਾਬੀ ਬੋਲੋ। ਛੋਟਾ ਕੰਮ ਲੱਗੇਗਾ, ਬਹੁਤ ਵੱਡਾ ਕੰਮ ਹੈ, ਖਿਆਲ ਰੱਖੋ। ਪਰ ਕੌਣ ਬੋਲਦਾ? ਇੱਥੋਂ ਗੇਟ ਤੋਂ ਬਾਹਰ ਨਿਕਲਦਿਆਂ ਸਾਰੇ ਅੰਗਰੇਜ਼ੀ ਬੋਲਦੇ ਨੇ, ਆਪਸ ਗੁਰਦੁਆਰੇ ਦੇ ਵਿੱਚੋਂ ਨਿਕਲਦਿਆਂ ਸਾਰਾ। ਆਪ ਜੀ ਇਹਨੂੰ ਸਮਝ ਕਹੋਗੇ ਵੀ ਇਹ ਤਾਂ ਪਿਛਾਂ ਖਿੱਚਣ ਵਾਲੀ ਗੱਲ ਹੈ, ਖਿਆਲ ਰੱਖਣਾ, ਧਿਆਨ ਦਿਓ। ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ ਕਿ ਇਸ ਦੁਨੀਆਂ ਦੇ ਵਿੱਚ ਜਿਹੜੀ ਪੰਜਾਬੀ ਅੰਗਰੇਜ਼ੀ ਭਾਸ਼ਾ ਹੈ, ਉਹਦੇ ਕੋਲ ਸ਼ਬਦ ਸਾਰੀਆਂ ਭਾਸ਼ਾਵਾਂ ਨਾਲੋਂ ਘੱਟ ਨੇ, ਚੀਜ਼ਾਂ ਦੇ ਨਾਂ ਬਹੁਤ ਘੱਟ ਨੇ। ਪੰਜਾਬੀ ਵਿੱਚ ਉਹਦੇ ਤੋਂ 10 ਗੁਣਾ ਸ਼ਬਦ ਮਿਲਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਉਲੱਥਾ ਜਿੰਨਾ ਅੰਗਰੇਜ਼ੀ ਵਿੱਚ ਕੀਤਾ ਉਹ ਸਾਰਾ ਨਹੀਂ ਕਰ ਸਕੇ, ਕਿਉਂਕਿ ਅੰਗਰੇਜ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਵ ਅਰਥ ਦੇ ਸ਼ਬਦ ਹੀ ਕੋਈ ਨਹੀਂ ਬਣਦੇ, ਪੂਰੇ ਸ਼ਬਦ ਹੀ ਕੋਈ ਨਹੀਂ। ਸਾਡੇ ਕੋਲ ਇੰਨਾ ਵੱਡਾ ਖਜ਼ਾਨਾ ਹੈ ਭਾਸ਼ਾ ਦਾ, ਪਰ ਅਸੀਂ ਹੁਣ ਕਰੀਏ ਕੀ? ਸਾਨੂੰ ਇਸ ਗੱਲ ਦੀ ਸਮਝ ਹੀ ਨਹੀਂ, ਅਸੀਂ ਇਹਨੂੰ ਪਿਛਾਂ ਖਿੱਚੂ ਚੀਜ਼ ਕਹਿੰਦੇ ਹਾਂ। ਕੋਈ ਵੀ ਫਰੈਂਚ ਤੁਹਾਡੇ ਨਾਲ ਫਰੈਂਚ ਤੋਂ ਬਿਨਾਂ ਗੱਲ ਨਹੀਂ ਕਰੇਗਾ, ਉਹ ਆਪਣੀ ਭਾਸ਼ਾ ਵਿੱਚ ਗੱਲ ਕਰਦੇ ਨੇ, ਕੋਈ ਸਮਝੇ ਕੋਈ ਨਾ ਸਮਝੇ, ਕਿਉਂਕਿ ਉਹਨਾਂ ਨੇ ਲਾਗੂ ਕਰਾਉਣੀ ਹੈ ਦੂਜੇ ਨੰਬਰ 'ਤੇ ਅੰਗਰੇਜ਼ੀ ਤੋਂ ਜਗਤ ਦੇ ਵਿੱਚ ਆਪਣੀ ਭਾਸ਼ਾ। ਔਰ ਕਿਸੇ ਵੀ ਕੌਮ ਦਾ ਸਫ਼ਰ ਭਾਸ਼ਾ ਦੀ ਸੜਕ 'ਤੇ ਹੁੰਦਾ, ਉਸ ਤੋਂ ਬਿਨਾਂ ਨਹੀਂ। ਪਰ ਅਸੀਂ ਇਸ ਸੰਬੰਧ ਵਿੱਚ ਅਵੇਸਲੇ ਹਾਂ, ਅਸੀਂ ਆਪਣੇ ਘਰਾਂ ਵਿੱਚ, ਇੱਥੋਂ ਤੱਕ ਕਿ ਪੰਜਾਬੀ ਸਕੂਲਾਂ ਦੇ ਵਿੱਚ ਵੀ ਬੱਚਿਆਂ ਦੇ ਨਾਲ ਅੰਗਰੇਜ਼ੀ ਬੋਲੀ ਜਾਂਦੀ ਹੈ, ਫਿਰ ਉਹ ਪੰਜਾਬੀ ਸਕੂਲ ਕਾਹਦੇ ਹੋਏ? ਉਹਦੇ ਵਿੱਚ ਆਪਾਂ ਕੀ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਸਮਝਣਾ, ਇੱਕ ਗੱਲ ਯਾਦ ਰੱਖੀਏ, ਸਿੱਖ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮੁਖੀ ਨੂੰ ਪੜ੍ਹ ਸਕਦਾ ਅਤੇ ਸੁਣ ਕੇ ਸਮਝ ਸਕਦਾ, ਜਿਹਨੂੰ ਪੰਜਾਬੀ ਸਮਝ ਨਹੀਂ ਆਉਂਦੀ ਉਹਨੂੰ ਗੁਰਮਤਿ ਦੀ ਸਮਝ ਨਹੀਂ ਆਵੇਗੀ, ਪਤਾ ਨਹੀਂ ਲੱਗੇਗਾ। ਇੱਕੋ ਹੀ ਸਾਧਨ, ਭਾਵੇਂ ਕਿ ਕਿੰਨੇ ਰਿਵਾਜ਼ ਚੱਲ ਰਹੇ ਨੇ, ਹੁਣ ਯੂਨੀਵਰਸਿਟੀ ਖੁੱਲ੍ਹੀਆਂ ਨੇ, ਕਹਿੰਦੇ ਅਸੀਂ ਉਲੱਥਾ ਕਰਨਾ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਸਾਰੀਆਂ ਭਾਸ਼ਾਵਾਂ ਵਿੱਚ ਪ੍ਰਚਾਰ ਕਰਨਾ। ਮੇਰੀ ਸਮਝ ਵਿੱਚ ਇੰਝ ਆਉਂਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਜਿਹਦੇ ਉੱਤੇ ਛਤਰ ਚਵਰ ਅਤੇ ਤਖ਼ਤ ਹੈ, ਉਹ ਸਿਰਫ ਗੁਰਮੁਖੀ ਵਿੱਚ ਹੋਣਾ ਚਾਹੀਦਾ ਹੈ। ਜੇ ਪ੍ਰਚਾਰ ਕਰਨਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਗ ਬਣਾਏ ਜਾ ਸਕਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਰੂਪ ਕਿਸੇ ਭਾਸ਼ਾ ਵਿੱਚ ਨਹੀਂ ਲਿਖਣਾ ਚਾਹੀਦਾ, ਕਿਉਂਕਿ ਉਹਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਿਹਨੂੰ ਗੁਰਤਾ ਗੱਦੀ ਦਿੱਤੀ ਸੀ ਉਹ ਸਰੂਪ ਗੁਰਮੁਖੀ ਦਾ ਸੀ, ਅਤੇ ਗੁਰਮੁਖੀ ਭਾਸ਼ਾ ਸਾਨੂੰ ਪੜ੍ਹਨੀ ਪਏਗੀ, ਸਿੱਖਣਾ ਪਏਗਾ। ਕਈ ਸ਼ਬਦ ਹੀ ਐਸੇ ਨੇ, ਹੁਣ ਕਥਾ ਦੇ ਵਿੱਚ, ਵਿਚਾਰ ਦੇ ਵਿੱਚ ਅਸੀਂ ਅਖੰਡ ਪਾਠ 'ਤੇ ਰਖਾ ਲੈਂਦੇ ਹਾਂ, ਪਰ ਜਿਹੜਾ ਅਖੰਡ ਪਾਠ ਸਾਹਿਬ ਪੜ੍ਹਿਆ ਜਾ ਰਿਹਾ ਉਹ ਪੰਜਾਬੀ ਭਾਸ਼ਾ ਦੇ ਅੱਖਰ ਹੀ ਸਮਝ ਕੋਈ ਨਹੀਂ ਆਉਂਦੇ, ਉਹਨਾਂ ਦਾ ਪਤਾ ਨਹੀਂ ਲੱਗਦਾ, ਉਹਨਾਂ ਦਾ ਪਤਾ ਤਾਂ ਨਹੀਂ ਲੱਗਦਾ ਕਿਉਂਕਿ ਅਸੀਂ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਨਹੀਂ ਬੋਲਦੇ, ਨਾ ਉਹਨਾਂ ਨੂੰ ਆਪਣੀ ਉਸ ਧਰਤੀ ਵਿੱਚ ਵਰਤੀਆਂ ਚੀਜ਼ਾਂ ਬਾਰੇ ਦੱਸਦੇ ਹਾਂ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਸ਼ਬਦ ਆਏ ਨੇ ਉਹਨਾਂ ਵਿੱਚੋਂ ਬਹੁਤਾਤ ਦੇ ਵਿੱਚ ਪੰਜਾਬ ਦੇ ਪਿੰਡਾਂ ਵਿੱਚੋਂ ਲਏ ਗਏ ਨੇ, ਪਿੰਡਾਂ ਦੇ ਸੱਭਿਆਚਾਰ ਵਿੱਚੋਂ। ਅਤੇ ਅਸੀਂ ਬੱਚਿਆਂ ਨੂੰ ਇਹ ਕਹਿ ਕੇ ਪੰਜਾਬ ਤੋਂ ਡਰਾ ਦਿੱਤਾ ਜੀ, ਉੱਥੇ ਭ੍ਰਿਸ਼ਟਾਚਾਰ ਬੜਾ ਹੈ, ਉੱਥੇ ਜੀ ਰਿਸ਼ਵਤਖੋਰੀ ਬੜੀ, ਅਸੀਂ ਇੰਨਾ ਡਰਾ ਦਿੱਤਾ। ਮੈਂ ਵੇਖਿਆ ਵੀ ਬੱਚੇ ਉਸ ਦੇਸ਼ ਨੂੰ ਇਸ ਤਰ੍ਹਾਂ ਵੇਖਦੇ ਨੇ,
ਵੀ ਪਤਾ ਨਹੀਂ ਉੱਥੇ ਕੀ ਕਲੰਕ ਹੈ ਜਾਂ ਕੀ ਹੈ, ਪਰ ਇਹ ਕੋਈ ਦਨਾਈ ਅਤੇ ਸੱਚਾਈ ਤਾਂ ਬੜੀ ਵੱਡੀ ਗੱਲ ਨਹੀਂ ਵੀ ਆਪਣੇ ਘਰ ਵਿੱਚ ਬੁਰਿਆਈ ਹੋ ਜਾਵੇ ਅਤੇ ਉਹਨੂੰ ਛੱਡ ਕੇ ਭੱਜ ਜਾਣਾ ਜਾਂ ਉਹਨੂੰ ਮਾੜਾ ਕਹਿਣਾ ਸ਼ੁਰੂ ਕਰ ਦੇ, ਉਹਦਾ ਇਲਾਜ ਹੋ ਸਕਦਾ, ਉਹਦੇ 'ਤੇ ਅਸੀਂ ਕੰਮ ਕਰ ਸਕਦੇ ਹਾਂ। ਇਸ ਕਰਕੇ ਹਰ ਇੱਕ ਸਿੱਖ ਦਾ ਪਹਿਲਾ ਇਹ ਕਾਰਜ ਹੈ ਕਿ ਉਹ ਗੁਰਮੁਖੀ ਨੂੰ ਬੋਲੇ ਅਤੇ ਗੁਰਮੁਖੀ ਨੂੰ ਸਿੱਖੇ। ਜੇ ਉਹਨੇ ਗੁਰਮਤ ਨੂੰ ਸਮਝਣਾ ਅਤੇ ਆਪਣੇ ਵਿਰਸੇ ਨੂੰ ਜਾਣਨਾ, ਇਹਦੇ ਤੋਂ ਬਿਨਾਂ ਕੋਈ ਵੀ ਭਾਸ਼ਾ ਗੁਰਮਤ ਦਾ ਗਿਆਨ ਸਾਨੂੰ ਨਹੀਂ ਦੇ ਸਕਦੀ, ਭਾਵੇਂ ਅਸੀਂ ਇੰਗਲਿਸ਼ ਵਿੱਚ ਕਿੰਨੇ ਲੈਕਚਰ ਕਰੀਏ, ਕਿੰਨੀਆਂ ਗੱਲਾਂ ਕਹਿ ਲਈਏ। ਹਾਂ, ਉਹਨਾਂ ਨੂੰ ਸਮਝਾਉਣ ਵਾਸਤੇ ਅੰਗਰੇਜ਼ੀ ਦੀ ਵਰਤੋਂ ਕਰਨੀ ਵਕਤੀ ਤੌਰ 'ਤੇ ਮਾੜੀ ਨਹੀਂ ਵਿੱਚ, ਪਰ ਸਾਨੂੰ ਇਸ ਗੱਲ 'ਤੇ ਪੂਰੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਕਿ ਇਹ ਜਿਹੜਾ ਕਾਰਜ ਹੈ ਇਸ ਭਾਸ਼ਾ ਦਾ, ਮੈਂ ਗੱਲ ਕਰ ਰਿਹਾ ਸੀ ਪਰਿਆਇਵਾਚੀ ਸ਼ਬਦ ਤੋਂ ਥੋੜ੍ਹਾ ਜਿਹਾ ਵਿਚਾਰ ਅੱਗੇ ਚਲਾ ਗਿਆ। ਜੇ ਆਪਾਂ ਮੌਤ ਦੇ ਪਰਿਆਇਵਾਚੀ ਸ਼ਬਦ ਲੱਭਣੇ ਹੋਣ, ਪਰਿਆਇਵਾਚੀ ਦਾ ਮਤਲਬ ਇਹ ਹੁੰਦਾ ਹੈ ਜਿੱਥੇ ਇੱਕ ਸ਼ਬਦ ਨੂੰ ਕਈ ਨਾਮ ਦਿੱਤੇ ਜਾਂਦੇ ਨੇ, ਜਿਵੇਂ ਜਲ, ਪਾਣੀ ਨੂੰ ਆਪਾਂ ਜਲ ਵੀ ਕਹਿੰਦੇ ਹਾਂ, ਪਾਣੀ ਵੀ ਕਹਿੰਦੇ ਹਾਂ, ਉਹ ਉਹਦੇ ਨਾਲ ਦੇ ਇੱਕੋ ਚੀਜ਼ ਦੇ ਵੱਖਰੇ ਵੱਖਰੇ ਸ਼ਬਦ ਨੇ। ਜਿਵੇਂ ਬੰਦੇ ਨੂੰ ਬੰਦਾ ਵੀ ਕਿਹਾ ਜਾਂਦਾ, ਮਨੁੱਖ ਵੀ ਕਿਹਾ ਜਾਂਦਾ, ਆਦਮੀ ਵੀ ਕਿਹਾ ਜਾਂਦਾ ਹੈ, ਉਹਨੂੰ ਕਹਿੰਦੇ ਨੇ ਪਰਿਆਇਵਾਚੀ ਸ਼ਬਦ। ਹੁਣ ਆਪਾਂ ਸ਼ਬਦ ਦੇ ਵਾਲੇ ਪਾਸੇ ਆਈਏ। ਇਹ ਜਿੰਨੇ ਸ਼ਬਦ ਨੇ ਨਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਸੋਗ, ਵਿਯੋਗ, ਨਰਕ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਵੈਸ਼, ਉਸਤਤ, ਨਿੰਦਿਆ, ਇਹ ਸਾਰੇ ਮੌਤ ਦੇ ਪਰਿਆਇਵਾਚੀ ਸ਼ਬਦ ਨੇ। ਇੱਕ ਪਾਸੇ ਮੌਤ ਕਹਿ ਲਓ, ਇੱਕ ਪਾਸੇ ਸੋਗ ਕਹਿ ਲਓ, ਇੱਕ ਪਾਸੇ ਮੌਤ ਕਹਿ ਲਓ, ਦੂਜੇ ਪਾਸੇ ਲੋਭ ਕਹਿ ਲਓ। ਮੌਤ ਦਾ ਨਾ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਮੌਤ ਦਾ ਨਾਂ ਹੀ ਮਾਇਆ ਹੈ, ਮੌਤ ਦਾ ਦੂਜਾ ਨਾਮ ਹੀ ਸੋਗ, ਵਿਯੋਗ ਅਤੇ ਦੁੱਖ ਹੈ। ਔਰ ਜਿਸ ਦਿਨ ਜਿਉਂਦੇ ਜੀ ਇਹਨਾਂ ਚੀਜ਼ਾਂ ਦੀ ਮੌਤ ਹੋ ਜਾਏਗੀ ਸਾਡੇ ਜੀਵਨ ਦੇ ਵਿੱਚੋਂ, ਉਸ ਦਿਨ ਸਾਡੀ ਜ਼ਿੰਦਗੀ ਵਿੱਚੋਂ ਮੌਤ ਦੀ ਸਮਾਪਤੀ ਹੋ ਜਾਏਗੀ। ਇਹ ਚੀਜ਼ਾਂ ਮੌਤ ਦਾ ਦੂਜਾ ਨਾਮ ਹੈ। ਜਿੰਨਾ ਚਿਰ ਇਹ ਬਰਕਰਾਰ ਨੇ, ਸਾਨੂੰ ਕੋਈ ਵੀ ਚੀਜ਼ ਮੌਤ ਤੋਂ ਨਹੀਂ ਬਚਾ ਸਕੇਗੀ, ਨਾ ਦੁੱਖ ਤੋਂ ਬਚਾ ਸਕੇਗੀ, ਨਾ ਸੰਤਾਪ ਤੋਂ। ਇਸ ਛੋਟੇ ਜਿਹੇ ਨੁਕਤੇ ਨੂੰ ਫਿਰ ਇੱਕ ਵਾਰੀ ਸਮਝ ਲਈ, ਕਿਉਂਕਿ ਅੱਜ ਗੁਰੂ ਸਾਹਿਬ ਨੇ ਉਸ ਪੰਡਿਤ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਪਾਪ, ਉਹਨੇ ਦੁੱਖਾਂ ਦਾ ਇਲਾਜ ਪੁੱਛਿਆ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੁੱਖਾਂ ਦਾ ਇਲਾਜ ਦੱਸ ਰਹੇ ਨੇ, ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਕੰਟਰੋਲ ਵਿੱਚ ਕਰ ਲੈਣਾ, ਪਾਪ ਨੂੰ, ਦੁੱਖ ਨੂੰ, ਸੰਤਾਪ ਨੂੰ, ਲੋਭ ਨੂੰ। ਜਿਉਂ ਜਿਉਂ ਅਸੀਂ ਇਹਨੂੰ ਮਾਰਦੇ ਜਾਵਾਂਗੇ, ਤਿਉਂ ਤਿਉਂ ਦੁੱਖ ਘਟਦਾ ਜਾਏਗਾ, ਤਿਉਂ ਤਿਉਂ ਮੌਤ ਖਤਮ ਹੁੰਦੀ ਜਾਏਗੀ। ਜਿੰਨੀਆਂ ਇਹ ਚੀਜ਼ਾਂ ਵੱਡੀਆਂ ਹੋਣਗੀਆਂ, ਉਤਨਾ ਹੀ ਮੌਤ, ਦੁੱਖ, ਸੰਤਾਪ ਅਤੇ ਪੀੜਾ ਸਾਡੀ ਜ਼ਿੰਦਗੀ ਵਿੱਚ ਵੱਧਦੀਆਂ ਜਾਣਗੀਆਂ। ਇਸ ਕਰਕੇ ਸਤਿਗੁਰੂ ਨੇ ਇੱਕੋ ਸ਼ਬਦ ਵਰਤਿਆ, ਉਹਨੇ ਪੁੱਛਿਆ ਸੋਗ ਕਿਉਂ, ਵਿਛੋੜਾ ਕਿਉਂ, ਦੁੱਖ ਕਿਉਂ, ਮੌਤ ਕਿਉਂ ਹੈ, ਕਲ ਕਲੇਸ਼ ਕਿਉਂ ਹੈ? ਅਤੇ ਗੁਰੂ ਸਾਹਿਬ ਉਹਦਾ ਜਵਾਬ ਦਿੰਦੇ ਨੇ, ਇਹਦਾ ਕਾਰਨ ਇੱਕੋ ਹੈ ਪਾਪ, ਅਤੇ ਪਾਪ ਕਰਕੇ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ। ਇਸ ਕਰਕੇ ਹਜ਼ੂਰ ਕਹਿੰਦੇ ਪਾਪ ਬੁਰਾ, ਪਾਪੀ ਕੋ ਪਿਆਰਾ, 38 ਨੰਬਰ ਸ਼ਲੋਕ। ਪਾਪ ਜਿਹੜਾ ਹੈ, ਗੁਰਬਾਣੀ ਵਿੱਚ ਪਾਪ ਕਿਹਨੂੰ ਕਿਹਾ ਗਿਆ? ਭਾਈ ਗੁਰਦਾਸ ਜੀ ਨੂੰ ਪੁੱਛੀਏ, ਉਹ ਪਾਪ ਦੀ ਵਿਆਖਿਆ ਕਰਦੇ ਨੇ। ਉਹ ਕਹਿੰਦੇ ਨੇ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ। ਮੁਰਦਾਰ ਦੇ ਅਰਥ ਨੇ ਪਰਾਇਆ, ਹੱਕ ਖਾਣਾ। ਦੂਜੇ ਦਾ ਹੱਕ ਖਾਣਾ ਇੱਕ ਨੰਬਰ ਪਾਪ। ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਇਹ ਪਾਪ ਦੀ ਵਿਆਖਿਆ ਗੁਰਬਾਣੀ ਵਿੱਚ। ਜਿਹੜੇ ਕੰਮ ਨੂੰ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਬੇਨੀਤੀ ਦਾ ਪੈਦਾ ਹੋ ਜਾਣਾ, ਇਹ ਪਾਪ ਹੈ। ਖਿਆਲ ਰੱਖ, ਕੋਈ ਵੀ ਕਾਰਜ ਹੈ ਨਾ, ਭਾਵੇਂ ਬਾਜ਼ਾਰ ਵਿੱਚ ਕਰਨੇ ਆ, ਭਾਵੇਂ ਧਾਰਮਿਕ ਜਗਤ ਵਿੱਚ ਕਰ ਰਹੇ ਹਾਂ, ਕੋਈ ਕਥਾ ਕਰ ਰਿਹਾ, ਕੋਈ ਕੀਰਤਨ, ਕੋਈ ਪਾਠ, ਕੋਈ ਪ੍ਰਬੰਧ ਕਰ ਰਿਹਾ, ਕੋਈ ਸੇਵਾ ਕਰ ਰਿਹਾ, ਸੇਵਾ ਕਰਦਿਆਂ ਕਰਦਿਆਂ ਵੀ ਜੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਆ ਗਈ ਨਾ, ਕੋਈ ਦੁਬਿਧਾ ਆ ਗਈ ਮਨ ਦੇ ਵਿੱਚ ਸੇਵਾ ਕਰਦਿਆਂ, ਨੀਅਤ ਵਿੱਚ ਫਰਕ ਪੈ ਗਿਆ, ਉਸ ਕੰਮ ਨੂੰ ਰੋਕਣ ਦੇ ਵਿੱਚ ਨੀਅਤ ਆ ਗਈ, ਉਹ ਪਾਪ ਸ਼ੁਰੂ ਹੋ ਜਾਏਗਾ, ਉਹ ਪਾਪ ਹੈ। ਸਭ ਤੋਂ ਵੱਡੀ ਸੇਵਾ ਹੈ ਗੁਰੂ ਘਰ ਦੀ ਸੇਵਾ। ਕਿਹੜੀ ਸਭ ਤੋਂ ਵੱਡੀ? ਗੁਰੂ ਘਰ ਦੀ ਸੇਵਾ ਵੀ, ਗੁਰੂ ਘਰ ਦੇ ਹਰ ਇੱਕ ਕਾਰਜ ਦੇ ਪ੍ਰਤੀ। ਕਿਸੇ ਨੇ ਇਹ ਬਹੁਤ ਸੋਹਣਾ
ਉਲੇਖ ਕੀਤਾ। ਉਹ ਕਹਿੰਦੇ ਨੇ ਤੂੰ ਹੱਥਾਂ ਨਾਲ ਸੇਵਾ ਕਰਨੀ ਹੈ ਤੇ ਕਰ, ਬੜੀ ਚੰਗੀ ਗੱਲ ਹੈ, ਪਰ ਤੂੰ ਮਨ ਨਾਲ ਵੀ ਸੇਵਾ ਕਰ ਸਕਦਾ। ਮਨ ਨਾਲ ਕਿਵੇਂ? ਤੂੰ ਗੁਰੂ ਘਰ ਦੇ ਚੱਲਦੇ ਹੋਏ ਕਿਸੇ ਕਾਰਜ ਦੇ ਵਿੱਚ ਰੋੜਾ ਨਾ ਬਣੀ, ਇਹ ਬਹੁਤ ਵੱਡੀ ਸੇਵਾ। ਜੇ ਤੇਰੇ ਕੋਲ ਸਮਰੱਥਾ ਹੈ ਤੇ ਉਸ ਕੰਮ ਨੂੰ ਅੱਗੇ ਚਲਾਉਣ ਵਾਸਤੇ ਸਹਿਯੋਗ ਕਰ, ਯਤਨ ਕਰ, ਨਾ ਕਿ ਉਹਦੇ ਵਿੱਚ ਰੋੜਾ ਬਣ। ਔਰ ਤੂੰ ਆਪਣੀ ਡਿਊਟੀ ਨੂੰ ਪੂਰਾ ਨਿਭਾ, ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਹੋ ਕੇ ਜਿਹੜਾ ਕੰਮ ਤੈਨੂੰ ਗੁਰੂ ਨੇ ਦਿੱਤਾ, ਜੇ ਤੂੰ ਉਹਦੇ ਵਿੱਚ ਸੁੱਤਾ ਪਿਆ ਤੇ ਇਹ ਜ਼ਿੰਦਗੀ ਦਾ ਪਾਪ ਹੈ। ਪਾਪ ਕਈ ਪ੍ਰਕਾਰ ਦਾ, ਇੱਥੋਂ ਪਾਪ ਸ਼ੁਰੂ ਹੁੰਦੇ, ਇੱਥੋਂ ਦੁੱਖ ਸ਼ੁਰੂ ਹੁੰਦਾ ਹੈ, ਫਿਰ ਇਹ ਪਾਪ ਸਹਿਜੇ ਸਹਿਜੇ ਪਿਆਰਾ ਲੱਗਣ ਲੱਗ ਪੈਂਦਾ, ਕਿਉਂਕਿ ਮਨ ਦੇ ਵਿੱਚ ਕੁਦਰਤੀ ਤੌਰ 'ਤੇ ਕਿੱਕਰ ਦਾ ਬੀਜ ਬਹੁਤ ਮੁਲਾਇਮ, ਬੜਾ ਨਰਮ, ਉਹਨੂੰ ਛੂਹ ਕੇ ਵੇਖੋ ਤਾਂ ਬੜਾ ਸਵਾਦ ਆਉਂਦਾ। ਇਸੇ ਤਰ੍ਹਾਂ ਦੁੱਖ ਦਾ ਬੀਜ ਜਿਹੜਾ ਪਾਪ ਹੈ ਨਾ, ਪਾਪ ਸਵਾਦ ਬਹੁਤ ਲੱਗਦਾ, ਪਾਪ ਬੁਰਾ, ਪਾਪੀ ਕੋ ਪਿਆਰਾ। ਜਦੋਂ ਇਹਨੂੰ ਮਨੁੱਖ ਕਰਦਾ ਉਦੋਂ ਤਾਂ ਇਹ ਆਵੇਸ਼ ਦੇ ਵਿੱਚ, ਜਦੋਂ ਉਹਦੇ ਰਸ ਵਿੱਚ ਜਾਂਦਾ ਹੈ, ਉਹਦੇ ਰਿਜ਼ਲਟ ਨੂੰ ਭੁੱਲ ਜਾਂਦਾ ਹੈ, ਇੰਨੇ ਪਾਪ ਦੇ ਵਿੱਚ ਗਲਤ ਹੋ ਜਾਂਦਾ ਹੈ, ਡਿੱਗ ਪੈਂਦਾ ਹੈ। ਜਿਵੇਂ ਮੱਛੀ, ਅੱਗੇ ਉਦਾਹਰਣਾਂ ਦਿੱਤੀਆਂ ਨੇ, ਜਿਵੇਂ ਇੱਕ ਮੱਛੀ ਕੁੰਡੀ 'ਤੇ ਲੱਗੇ ਹੋਏ ਮਾਸ ਨੂੰ ਜੀਭ ਨਾਲ ਜਦੋਂ ਚੱਟਦੀ ਹੈ ਤਾਂ ਉਹ ਮਾਸ ਬਹੁਤ ਹੀ ਨਰਮ ਅਤੇ ਸਵਾਦ ਲੱਗਦਾ ਹੈ, ਪਰ ਜਦੋਂ ਉਸ ਭੁਲੇਖੇ ਵਿੱਚ ਉਹਨੂੰ ਆਪਣੇ ਮੂੰਹ ਵਿੱਚ ਪਾ ਕੇ ਦਬਾਉਂਦੀ ਹੈ ਤਾਂ ਮਾਸ ਪਾਸੇ ਹੋ ਜਾਂਦਾ ਅਤੇ ਕੁੰਡੀ ਵਿੱਚ ਲੱਗਾ ਹੋਇਆ ਜਿਹੜਾ ਉਹ ਕੁੰਡੀ ਹੈ ਧਾਗੇ ਵਿੱਚ ਉਹਦੇ ਮੂੰਹ ਵਿੱਚ ਫਸ ਜਾਂਦੀ ਹੈ। ਇਸ ਤਰ੍ਹਾਂ ਦਾ ਹੈ ਪਾਪ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਾਪ ਹੈ ਤਾਂ ਬੁਰਾ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਕਾਜੀ ਵੀ ਪਾਪੀ ਹੋ ਗਏ, ਪੰਡਿਤ ਵੀ, ਬ੍ਰਾਹਮਣ ਵੀ, ਅੱਗੇ ਤੁਰਨ ਵਾਲੇ ਮਲਾ ਪਾਪ ਕਰਨ ਲੱਗ ਪਏ। ਧਰਮ ਦਾ ਜਿਹੜਾ ਸੀ ਭੈ ਖਤਮ ਹੋ ਗਿਆ, ਸਾਰੇ ਪਾਪ ਨੇ। ਹਜ਼ੂਰ ਕਹਿੰਦੇ ਪਾਪ ਬੁਰਾ ਪਾਪੀ ਕਹੋ ਪਿਆਰਾ ਪਾਪ ਲੱਦੇ। ਇਹਦੇ ਵਿੱਚ ਫਿਰ ਇੱਕ ਹੋਰ ਸਤਿਗੁਰੂ ਬਚਨ ਕਹਿੰਦੇ ਵੀ ਜਦੋਂ ਪਾਪ ਅਸੀਂ ਕਰਨ ਲੱਗ ਪਈਏ ਨਾ, ਫਿਰ ਇੱਕ ਦੇ ਅੱਜ ਇੱਕ ਕੀਤਾ, ਕੱਲ੍ਹ ਨੂੰ ਦੋ ਪਾਪ ਹੋਣਗੇ, ਵੱਧਦਾ ਜਾਏਗਾ ਪਸਾਰਾ ਜ਼ਿੰਦਗੀ ਦਾ। ਇਹ ਮਨ ਕਿਸ ਤਰ੍ਹਾਂ ਦੀ ਵਸਤੂ ਹੈ, ਜਿਹੜਾ ਕੰਮ ਇੱਕ ਵਾਰੀ ਕਰੋ ਕੱਲ੍ਹ ਨੂੰ ਦੋ ਵਾਰੀ, ਭਾਵੇਂ ਕੋਈ ਵੀ ਹੈ, ਭਾਵੇਂ ਪਾਪ ਹੈ ਭਾਵੇਂ ਪੁੰਨ ਹੈ, ਕਿਸੇ ਵੀ ਕੰਮ ਨੂੰ ਅਸੀਂ ਚੁਣਦੇ ਹਾਂ ਉਹ ਵਾਰ ਵਾਰ ਕਰਨ ਨੂੰ ਮਨੁੱਖ ਉਤਸ਼ਾਹਿਤ ਹੁੰਦਾ ਹੈ। ਇਸ ਕਰਕੇ ਕਹਿੰਦੇ ਪਾਪ ਲੱਦੇ, ਫਿਰ ਆਹ ਜਿਹੜੀ ਆਤਮਾ ਜਿਹੜੀ ਜਿੰਦ ਹੈ ਨਾ, ਜਦੋਂ ਪਾਪਾਂ ਦੇ ਵਿੱਚ ਫਸ ਗਏ ਅਤੇ ਫਿਰ ਸਹਿਜੇ ਸਹਿਜੇ ਪਾਪਾਂ ਦੀਆਂ ਪੰਡਾਂ ਬੰਨ੍ਹ ਕੇ ਸਿਰ 'ਤੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਪਾਪ ਲੱਦੇ, ਪਾਪੇ ਪਸਾਰਾ, ਅਤੇ ਫਿਰ ਇਹਦਾ ਬਿਜ਼ਨਸ, ਇਹਦਾ ਪਸਾਰਾ ਵੱਧ ਗਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਖਮਣੀ ਸਾਹਿਬ ਵਿੱਚ ਇਹਦੇ ਬਾਰੇ ਬਹੁਤ ਪਿਆਰੇ ਬਚਨ ਕਹਿੰਦੇ ਨੇ, ਸੰਗ ਸਹਾਈ ਸੋ ਆਵੇ ਨਾ ਚੀਤ, ਜਿਹਨੇ ਨਾਲ ਸਹਾਇਤਾ ਕਰਨੀ ਹੈ ਅਕਾਲ ਪੁਰਖ ਦੀ ਬੰਦਗੀ ਨੇ, ਉਹ ਕਦੀ ਸਾਡੇ ਚੇਤੇ ਵਿੱਚ ਆਉਂਦਾ ਹੀ ਨਹੀਂ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ, ਪਰ ਜਿਹੜਾ ਸਾਡੇ ਜੀਵਨ ਵਾਸਤੇ ਬੁਰਾ ਹੈ, ਝੂਠ ਹੈ, ਫਰੇਬ ਹੈ, ਉਹਦੇ ਨਾਲ ਅਸੀਂ ਸਨੇਹ ਲਾਇਆ ਤਾਂ ਸਿਉ ਪ੍ਰੀਤ। ਬਲਵਾ ਕੇ ਗ੍ਰਹਿ ਭੀਤਰ ਵਸੈ, ਰੇਤ ਦੀ ਛੱਤ ਬਣਾ ਕੇ ਥੱਲੇ ਵੱਸਦਾ। ਅਨਦ ਕੇਲ ਮਾਇਆ ਰੰਗ ਰਸੈ, ਅਤੇ ਕਦੀ ਇਹਨੂੰ ਖਿਆਲ ਨਹੀਂ ਆਉਂਦਾ ਵੀ ਰੇਤ ਦੀ ਕੰਧ, ਰੇਤ ਦੀ ਛੱਤ ਡਿੱਗ ਪੈ ਗਈ। ਬਲਵਾ ਕੇ ਗ੍ਰਹਿ ਭੀਤਰ ਵਸੈ, ਅਨਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ। ਹਜ਼ੂਰ ਕਹਿੰਦੇ ਇਹਦਾ ਸਭ ਤੋਂ ਵੱਡਾ ਨੁਕਸ ਹੈ ਵੀ ਇਸ ਜਗਤ ਨੂੰ ਸਦਾ ਵਾਸਤੇ ਕਾਇਮ ਅਤੇ ਦ੍ਰਿੜ ਮੰਨ ਲੈਂਦਾ, ਪੱਕਾ ਕਰ ਲੈਂਦਾ ਵੀ ਇਸੇ ਤਰ੍ਹਾਂ ਹੀ ਰਹਿਣਾ, ਇਹ ਸਭ ਤੋਂ ਵੱਡਾ ਇਹਦਾ ਰੋਗ ਹੈ, ਇਹ ਟੁੱਟਦਾ ਨਹੀਂ, ਬੜੀ ਮੁਸ਼ਕਲ ਨਾਲ। ਇਸ ਕਰਕੇ ਨੌਵੇਂ ਪਾਤਸ਼ਾਹ ਦੀ ਜਿੰਨੀ ਬਾਣੀ ਇਸ ਸਾਡੇ ਖਿਆਲ ਨੂੰ ਤੋੜਦੀ ਹੈ, ਜਿਹੜਾ ਪਰਪੱਕ ਹੋਇਆ ਬੈਠਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਦ੍ਰਿੜ ਕਰ ਮਾਨੈ, ਮਨੈ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ। ਇਸ ਮੂਰਖ ਨੂੰ ਜੀਵਨ ਵਿੱਚ ਕਦੀ ਕਾਲ ਚੇਤੇ ਨਹੀਂ ਆਉਂਦਾ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ, ਆਹ ਸਾਰੇ ਪਾਪ ਗਿਣ ਦਿੱਤੇ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ। ਇਹਨਾਂ ਨੂੰ ਸਾਰਿਆਂ ਨੂੰ ਪਾਪ ਕਹਿ ਸਕਦੇ ਹਾਂ, ਕਾਮ ਕ੍ਰੋਧ ਲੋਭ ਮਹਾ ਧਰੋ,
ਇਹੋ ਜੁਗਤ ਇਹ ਛੁੱਟਦੇ ਕਿਉਂ ਨਹੀਂ? ਸਤਿਗੁਰੂ ਕਹਿੰਦੇ ਇਸ ਤਰੀਕੇ ਦੇ ਨਾਲ ਬਿਹਾਨੇ ਕਈ ਜਨਮ ਇੱਕ ਕੰਮ ਨੂੰ ਕਰਦਿਆਂ ਲੰਘ ਗਏ, ਇਸ ਕਰਕੇ ਉਹ ਵਾਰ ਵਾਰ ਖਿੱਚ ਪਾਉਂਦਾ। ਨਾਨਕ ਰਾਖ ਲਿਹੋ ਆਪਣ ਕਰ ਕਰਮ, ਕਹਿੰਦੇ ਅਰਦਾਸ ਕਰ, ਤੂੰ ਆਪਣੀ ਸ਼ਕਤੀ ਨਾਲ ਛੁੱਟ ਨਹੀਂ ਸਕੇਗਾ। ਵਿਹੜਿਆਂ ਹੋਇਆ ਚੌਵਾਂ ਪਾਸੇ ਪਾਪ ਲੱਦੇ ਪਾਪੇ ਪਾਸਾਰਾ, ਅਤੇ ਉਸ ਪੰਡਿਤ ਨੇ ਪੁੱਛਿਆ ਸੀ ਦੁੱਖ ਕਿਵੇਂ ਖਤਮ ਹੋਏ? ਹਜ਼ੂਰ ਕਹਿੰਦੇ ਪਰ ਹਰ ਪਾਪ ਪਛਾਣੈ ਆਪ, ਹੋਰ ਕੋਈ ਤਰੀਕਾ ਨਹੀਂ, ਉਹ ਆਪਣੇ ਜੀਵਨ ਵਿੱਚੋਂ ਪਾਪਾਂ ਨੂੰ ਪਰੇ ਕਰ, ਇਹਨਾਂ ਨੂੰ ਦੂਰ ਕਰ, ਇਹ ਬੀਜ ਨੇ ਤੇਰੇ ਦੁੱਖ ਦੇ, ਇਹਨਾਂ ਵਿੱਚੋਂ ਦੁੱਖ ਪੈਦਾ ਹੁੰਦਾ ਹੈ। ਫਿਰ ਕਹਿੰਦੇ ਨਾ ਤਿਸ ਸੋਗ ਵਿਜੋਗ ਸੰਤਾਪ, ਜਦੋਂ ਤੇਰੀ ਜ਼ਿੰਦਗੀ ਵਿੱਚੋਂ ਬੀਜ ਹੀ ਹਟ ਗਏ ਫਿਰ ਰੁੱਖ ਕਿੱਥੋਂ ਉੱਗੇਗਾ? ਜਦੋਂ ਤੇਰੀ ਜ਼ਿੰਦਗੀ ਵਿੱਚੋਂ ਪਾਪ ਹੀ ਖਤਮ ਹੋ ਗਏ ਫਿਰ ਦੁੱਖ ਕਿਵੇਂ ਆਏਗਾ? ਦੁੱਖ ਦਾ ਦਰਵਾਜ਼ਾ ਬੰਦ ਹੋ ਗਿਆ। ਨਾ ਤਿਸ ਸੋਗ, ਨਾ ਉਸਨੂੰ ਕਦੀ ਗਮ ਆਵੇਗਾ, ਨਾ ਵਿਜੋਗ ਵਿਛੋੜਾ ਆਵੇਗਾ, ਨਾ ਸੰਤਾਪ ਪੀੜਾ ਆਵੇਗੀ। ਫਿਰ ਕਹਿੰਦੇ ਨਰਕ ਪੜਨ ਤੋਂ ਕਿਉਂ ਰਹਿ ਕਿਉਂ ਬੰਚੈ ਜਮਕਾਲ, ਨਰਕ ਵਿੱਚੋਂ ਪੈਂਦਿਆਂ ਤੋਂ ਕਿਵੇਂ ਮਨੁੱਖ ਬਚ ਸਕਦਾ, ਅਤੇ ਜਮਕਾਲ ਮੌਤ ਦੀ ਫਾਹੀ ਤੋਂ ਕਿਵੇਂ ਬਚਿਆ ਜਾ ਸਕਦਾ? ਕਿਉਂ ਆਵਣ ਜਾਣਾ ਵਿਸਰੈ, ਜੰਮਣ ਅਤੇ ਮਰਨ ਕਿਵੇਂ ਖਤਮ ਕੀਤਾ ਜਾ ਸਕਦਾ? ਝੂਠ ਬੁਰਾ ਖੈ ਕਾਲ, ਗੁਰੂ ਸਾਹਿਬ ਕਹਿੰਦੇ ਨੇ ਝੂਠ ਨੂੰ ਛੱਡਿਆ ਹੀ ਤੂੰ ਮੌਤ ਦੀ ਫਾਹੀ ਤੋਂ ਬਚ ਸਕੇਗਾ। ਝੂਠ ਦੇ ਕਾਰਨ ਤੇਰੀ ਮੌਤ ਆਉਂਦੀ ਹੈ, ਪਖੰਡ ਦੇ ਕਾਰਨ ਤੇਰੀ ਮੌਤ ਆਉਂਦੀ ਹੈ, ਔਰ ਤੂੰ ਖੈ ਹੋ ਜਾਂਦਾ। ਖੈ ਦੇ ਅਰਥ ਨੇ ਖਤਮ ਹੋ ਜਾਣਾ, ਨਾਸ਼ ਹੋ ਜਾਣਾ, ਕਾਲ ਦੁਆਰਾ, ਮੌਤ ਦੁਆਰਾ। ਮਨ ਜੰਜਾਲੀ ਵਿਹੜਿਆ ਵੀ ਜੰਜਾਲਾ ਮਾਹੇ, ਇਹ ਮਨ ਜੰਜਾਲਾਂ ਦੇ ਵਿੱਚ ਵਿਹੜਿਆ ਹੋਇਆ, ਅਤੇ ਫਿਰ ਇਹ ਜੰਜਾਲ ਦਿਨੋਂ ਦਿਨ ਹੋਰ ਵੱਧਦੇ ਨੇ, ਜ਼ਿਆਦਾ ਹੁੰਦੇ ਜਾਂਦੇ ਨੇ, ਇਹਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ। ਜਿਉਂ ਜਿਉਂ ਖਿਆਲ ਵੱਧਦੇ ਨੇ ਤਿਉਂ ਤਿਉਂ ਜੰਜਾਲ ਵੱਧਦੇ ਨੇ। ਮਨੁੱਖ ਪਾਪਾਂ ਦੇ ਭਰਮਾਰ ਦੇ ਵਿੱਚ ਫਸਦਾ। ਹਜ਼ੂਰ ਕਹਿੰਦੇ ਬਿਣ ਨਾਵੈ ਕਿਉਂ ਛੁੱਟੀ ਹੈ, ਪਾਪੇ ਪਚੈ ਪਚਾਹੇ। ਹੁਣ ਇੱਥੇ ਧਿਆਨ ਦੇਣਾ, ਪਾਪ ਹੈਣ ਕੀ? ਪਾਪ ਨੇ ਸਾਡੇ ਖਿਆਲਾਂ ਵਿੱਚ ਹੀ ਪਾਪ ਹੁੰਦਾ ਨਾ, ਹੋਰ ਕਿੱਥੋਂ ਆਉਣਾ? ਸ਼ਬਦਾਂ ਵਿੱਚ ਹੀ ਪਾਪ ਹੈ, ਅੰਦਰ ਸਾਡੇ ਸ਼ਬਦ ਚੱਲਦੇ ਨੇ ਪਾਪ ਦੇ, ਵੈਰ ਵਿਰੋਧ ਦੇ। ਅਤੇ ਜਦੋਂ ਆ ਗੁਰੂ ਕਾ ਸ਼ਬਦ ਅੰਦਰ ਜਾਂਦਾ ਅਤੇ ਉਹਨਾਂ ਸ਼ਬਦਾਂ ਨੂੰ ਕੱਟਦਾ ਹੈ ਜਿਹੜੇ ਪਾਪ ਨਾਲ ਭਰੇ ਹੋਏ ਨੇ, ਜਿਵੇਂ ਲੋਹੇ ਨੂੰ ਲੋਹਾ ਕੱਟ ਸਕਦਾ। ਸਾਡੇ ਸ਼ਬਦਾਂ ਨੂੰ, ਸਾਡੇ ਪਾਪਾਂ ਨੂੰ, ਸਾਡੇ ਖਿਆਲਾਂ ਨੂੰ ਸਿਰਫ ਨਾਮ ਕੱਟ ਸਕਦਾ ਗੁਰਬਾਣੀ, ਕਿਉਂਕਿ ਇਹ ਵੀ ਸ਼ਬਦ ਹੈ ਅਤੇ ਉਹ ਵੀ ਸ਼ਬਦ ਨੇ। ਉਹ ਪਾਪਾਂ ਦੇ ਸ਼ਬਦ ਨੇ, ਇਹ ਨਾਮ ਵਾਲੇ ਸ਼ਬਦ ਨੇ। ਇਸ ਕਰਕੇ ਇਹਨਾਂ ਦੀ ਭਰਮਾਰ ਦੇ ਨਾਲ ਜਿਉਂ ਜਿਉਂ ਬਾਹਰੋਂ ਗੁਰੂ ਕਾ ਸ਼ਬਦ ਅੰਦਰ ਜਾਂਦਾ ਹੈ, ਉਹ ਪਾਪ ਭਰੇ ਸ਼ਬਦਾਂ ਨੂੰ ਕੱਟੀ ਜਾਂਦਾ, ਖਤਮ ਕਰੀ ਜਾਂਦਾ। ਔਰ ਗੁਰੂ ਸਾਹਿਬ ਇਸ ਸਾਰੇ ਸਲੋਕ ਦੇ ਅੰਦਰ ਵਾਰ ਵਾਰ ਇੱਕੋ ਹੀ ਗੱਲ ਕਹਿੰਦੇ, ਕਿਉਂਕਿ ਉਸ ਪੰਡਿਤ ਨੇ ਦੁੱਖ ਦਾ ਕਾਰਨ ਪੁੱਛਿਆ, ਦੁੱਖ ਕਿਉਂ ਆਉਂਦਾ, ਅਤੇ ਗੁਰੂ ਸਾਹਿਬ ਉਹਦਾ ਕਾਰਨ ਦੱਸ ਰਹੇ ਨੇ, ਤੇਰੀ ਜ਼ਿੰਦਗੀ ਦਾ ਪਾਪ ਦੁੱਖ ਬਣਦਾ। ਜਦੋਂ ਤੂੰ ਪਾਪ ਵਿੱਚੋਂ ਨਿਕਲੇਗਾ ਅਤੇ ਪਾਪ ਦੇ ਇਸ ਝਮੇਲੇ ਵਿੱਚੋਂ ਨਿਕਲ ਸਕਣਾ ਤੂੰ ਸਿਰਫ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ। ਆਓ ਇੱਕ ਦੋ ਮਿੰਟ ਵਾਸਤੇ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ, ਕੋਈ ਵੀ ਰਸਨਾ ਖਾਲੀ ਨਾ ਰਹੇ। ਵਾਹਿ ਗੁਰੂ, 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 ਵਾਹਿ
ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।